ਹੜਦੇ ਬਸੰਤ ਨੂੰ ਦੇਖ ਕੇ ਪਰਮਾਤਮਾ ਦੀ ਬੰਦਗੀ ਕੀਤੀ। ਹੇ ਪਰਮਾਤਮਾ, ਤਾਂ ਇੰਨੇ ਭਗਤ ਤਾਰੇ ਨੇ ਤੰਦੂਏ ਵਰਗੇ। ਹੜਦੇ ਬਸੰਤ ਨੂੰ ਦੇਖ ਕੇ ਪਰਮਾਤਮਾ ਦੀ ਬੰਦਗੀ ਕੀਤੀ। ਸੰਸਾਰ ਦੇ ਵਿੱਚ ਮੇਰਾ ਪਤੀ ਜਿਉਂਦਾ ਰਹਿ ਜੇ, ਤੇਰੇ ਨਾਂ ਨੂੰ ਕਾਲਸ ਲੱਗੂ ਜੇ ਮੇਰਾ ਪਤੀ ਮਰ ਗਿਆ। ਮੇਰਾ ਗਰੀਬਣੀ ਦਾ ਕੋਈ ਜ਼ੋਰ ਨਹੀਂ ਹੈ। ਜਦ ਇੰਨੀ ਪਕਾਰ ਕੀਤੀ ਲੜਕੀ ਨੇ, ਉਸੇ ਟਾਈਮ ਪਰਮਾਤਮਾ ਦਾ ਧਨਾਸਨ ਗੇੜੇ ਖਾ ਗਿਆ। ਤਾਂ ਤੂਫਾਨ ਚੱਲਣ ਲੱਗ ਗਿਆ। ਆਪਣੇ ਭਗਤ ਦੇ ਪਿੱਛੇ, ਆਪਣੇ ਪਿਆਰੇ ਪਿੱਛੇ ਪਰਮਾਤਮਾ ਨੂੰ ਅਨੇਕਾਂ ਰੂਪ ਕਰਨੇ ਪੈਂਦੇ ਨੇ। ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਦਰਸ਼ਨ ਦੇਵੇ। ਬਸੰਤ ਨੂੰ ਮੱਛ ਦਾ ਭੇਸ ਬਣਾ ਲਿਆ ਪਰਮਾਤਮਾ ਨੇ। ਮੱਛ ਦਾ ਭੇਸ ਬਣਾ ਕੇ ਪਿੱਠ ਤੇ ਲਾ ਲਿਆ। ਲਾ ਕੇ ਪਿੱਠ ਤੇ ਮਿਛਰ ਸ਼ਹਿਰ ਨੂੰ ਬਾਹੋ ਦਾ ਲਈ ਜਾਂਦਾ। ਦੋ ਚਾਰ ਘੰਟੇ ਦੇ ਵਿੱਚ ਮਿਛਰ ਸ਼ਹਿਰ ਦੇ ਕਿਨਾਰੇ ਤੇ ਲਾਤਾ ਬਸੰਤ ਨੂੰ। ਕਿਨਾਰੇ ਤੇ ਨੇੜੇ ਲੈ ਕੇ ਸਿੱਟਤਾ। ਸਿੱਟ ਕੇ ਮੱਛ ਪਿੱਛੇ ਮੁੜ ਗਿਆ। ਤੜਕੇ ਦਾ ਸਮਾਂ ਸੀ, ਸੋਮ ਦਾ ਤਮਾਲੀ ਤੜਕੀ ਸਾਜਰੇ ਨਹਾਉਣ ਆਇਆ ਵੀ ਲੜਕਾ ਸਹਿਕਦਾ ਬਈ ਪਾਣੀ ਦੇ ਵਿੱਚ। ਮਾਲੀ ਨੇ ਬਾਹਰ ਖਿੱਚਿਆ, ਬਾਹਰ ਖਿੱਚ ਕੇ ਦੇਖਿਆ ਵੀ ਲੜਕਾ ਬੇਹੋਸ਼ ਹੈ। ਮਾਲੀ ਨੇ ਮੋਢੇ ਲਾਇਆ, ਲਾ ਕੇ ਮੋਢੇ ਆਪਣੇ ਘਰ ਲੈ ਗਿਆ। ਪਾਣੀ ਕੱਢਿਆ ਪੇਟ ਚੋਂ, ਮੰਚੇ ਤੇ ਪਾਤਾ, ਗਰਮੈਸ਼ ਦਿੱਤੀ। ਬਸੰਤ ਤਾਂ ਲੱਗ ਗਿਆ ਧਾਹੇ, ਜਹਾਜ਼ ਤੁਰਦਾ ਨਹੀਂ, ਜਹਾਜ਼ ਤੁਰਦਾ, ਤੂਫਾਨ ਚੱਲ ਰਿਹਾ, ਨੌਕਰ ਗਾਲਾਂ ਕੱਢਦੇ ਨੇ। ਉਹ ਸੇਠ, ਤੇਰਾ ਬੇੜਾ ਬੈਠ ਗਿਆ, ਤੇਰੀ ਪੱਟੀ ਮੇਸ ਹੋ ਗਈ, ਤੂੰ ਆਪਣੀ ਕਰਨੀ ਦਾ ਫਲ ਭੋਗੇਗਾ। ਅਸੀਂ ਰੋਟੀ ਵਾਸਤੇ ਮਾਰੇ ਜਾਵਾਂਗੇ, ਸਾਡਾ ਤਾਂ ਕੋਈ ਹੀਲਾ ਨਹੀਂ ਹੈ, ਅਸੀਂ ਤਾਂ ਕੋਈ ਕਸੂਰ ਨਹੀਂ ਕੀਤਾ। ਆਖਿਰਕਾਰ ਨੌਕਰ ਜੋਸਤੀ ਇਕੱਠੇ ਹੋ ਕੇ ਸੇਠ ਨੂੰ ਨਾਲ ਜਾ ਕੇ ਲੜਕੀ ਨੂੰ ਕਹਿਣ ਲੱਗੇ, ਇਹ ਬੇਟੀ, ਜੇ ਕਸੂਰ ਹੈ ਸੇਠ ਚਰਨਜੀ ਮੱਲ ਦਾ, ਜੇ ਨਰਕਾਂ ਦਾ ਅਧਿਕਾਰੀ ਹੈ ਸੇਠ ਚਰਨਜੀ ਮੱਲ, ਸਾਡਾ ਤਾਂ ਗਰੀਬਾਂ ਦਾ ਕਸੂਰ ਨਹੀਂ ਕੋਈ, ਸਾਡੀ ਤਾਂ ਜਾਨ ਰੋਟੀ ਪਿੱਛੇ ਜਾਊ, ਸਾਡਾ ਕੀ ਕਸੂਰ ਹੈ ਬੇਟਾ, ਸਾਨੂੰ ਕਿਉਂ ਮਾਰਦੀ ਹੈ। ਲੜਕੀ ਦੇ ਮਨ ਦੇ ਵਿੱਚ ਫੁਰਨਾ ਆਇਆ, ਜਿਹੜੇ ਅੰਤਰਜਾਮੀ ਨੇ ਪਰਮਾਤਮਾ ਨੇ ਐਡਾ ਬੜਾ ਅਟੰਬ ਰਚਿਆ, ਤੂਫਾਨ ਲਿਆਂਦਾ, ਜਹਾਜ਼ ਖੜਾਇਆ, ਹੋ ਸਕਦਾ ਤੇਰਾ ਪਤੀ ਜਿਉਂਦਾ ਹੋਊ, ਜਿਹਨੇ ਇੰਨਾ ਕੰਮ ਕਰਤਾ ਤੇਰੇ ਪਤੀ ਨੂੰ ਵੀ ਸੁਰਜੀਤ ਰੱਖ ਸਕਦਾ। ਲੜਕੀ ਨੇ ਬੇਨਤੀ ਕੀਤੀ ਪਰਮਾਤਮਾ ਅੱਗੇ, ਪਰਮਾਤਮਾ ਦੁਨੀਆਂ ਨੂੰ ਰਚਣਹਾਰ, ਆਪਣੀ ਕਰਨੀ ਦਾ ਦੰਡ, ਕਰਨੀ ਦਾ ਭੁਗਤਾਨ ਸੇਠ ਭੁਗਤੇ, ਜਹਾਜ਼ ਨੂੰ ਬੰਨੇ ਲਾ ਦੇ। ਅਰਦਾਸ ਕੀਤੀ ਵੀ ਮਨਜ਼ੂਰ ਹੋਈ, ਤੂਫਾਨ ਖੜ ਗਿਆ, ਤੂਫਾਨ ਖੜ ਕੇ ਜਹਾਜ਼ ਤੁਰ ਪਿਆ। ਲੜਕੀ ਜਹਾਜ਼ ਦੇ ਵਿੱਚ ਬੈਠੀ, ਕਦੇ ਤਾਂ ਸੋਚਦੀ ਹੈ ਵੀ ਮੇਰਾ ਪਤੀ ਜਿਉਂਦਾ ਹੋਣਾ, ਫਿਰ ਮਨ ਚ ਵਿਚਾਰ ਕਰ ਲੈਂਦੀ ਹੈ ਵੀ ਹੋ ਸਕਦਾ ਲੱਖਾਂ ਕੋਹਾਂ ਦਾ ਸਮੁੰਦਰ, ਨਾਲੇ ਪਿਛਲੀਆਂ ਗੱਲਾਂ ਮਾਤਾ ਪਿਤਾ ਦੀਆਂ ਯਾਦ ਕਰਦੀ ਹੈ। ਜੇ ਮੈਂ ਮੇਰੇ ਮਾਂ ਬਾਪਾਂ ਦੀ ਗੱਲ ਨਾ ਮੰਨੀ, ਆਪਣੇ ਮਾਂ ਬਾਪ ਦੀ ਲੰਘਣਾ ਕੀਤੀ, ਆਪਣੀ ਜਿੱਦ ਪਗਾਈ, ਤਾਂ ਮੈਂ ਕਸ਼ਟ ਭੋਗਦੀ ਹਾਂ, ਤਾਂ ਮੈਨੂੰ ਕਸ਼ਟ ਕੱਟਣੇ ਪਏ, ਇਹ ਮੇਰੀਆਂ ਗਲਤੀਆਂ ਨੇ। ਸੇਠ ਚਰਨਜੀ ਮੱਲ ਦਾ ਜਹਾਜ਼ ਚੌਥੇ ਦਿਨ ਬੰਦਰਗਾਹ ਤੇ ਆ ਗਿਆ, ਮਿਸ਼ਰ ਦੀ ਤੇ, ਮਿਸ਼ਰ ਦੀ ਬੰਦਰਗਾਹ ਤੇ ਆ ਕੇ ਜਹਾਜ਼ ਖੜ ਗਿਆ। ਤਾਂ ਸੇਠ ਚਰਨਜੀ ਮੱਲ ਨੌਕਰਾਂ ਦੇ ਨਾਲ ਸ਼ਹਿਰ ਦੇ ਵਿੱਚ ਜਾ ਵੜਿਆ। ਉਧਰੋਂ ਮਾਲਣ ਨੂੰ ਲੱਗ ਗਿਆ ਪਤਾ। ਮਾਲਣ ਕਹਿਣ ਲੱਗੀ ਬਸੰਤ ਨੂੰ, ਕਾਕਾ ਬਸੰਤ, ਕਹਿੰਦਾ ਹਾਂ ਮਾਤਾ ਜੀ, ਸੇਠ ਚਰਨਜੀ ਮੱਲ ਦਾ ਬੇੜਾ ਆ ਗਿਆ। ਕਹਿੰਦਾ ਮਾਈ, ਜੇ ਸੇਠ ਚਰਨਜੀ ਮੱਲ ਦਾ ਬੇੜਾ ਆ ਗਿਆ ਮਾਤਾ ਜੀ, ਤਾਂ ਮੇਰਾ ਕੰਮ ਕਰਦੇ ਗਰੀਬ ਦਾ ਇੱਕ ਨੀ। ਮਾਈ, ਮੇਰਾ ਗਰੀਬ ਦਾ ਕੰਮ ਤੂੰ ਹੀ ਕਰੇਗੀ, ਜਹਾਜ਼ ਦੇ ਵਿੱਚ ਮੇਰੀ ਰਾਣੀ ਹੈ, ਮੈਨੂੰ ਖਬਰ ਲਿਆ ਦੇ ਵੀ ਜਿਉਂਦੀ ਹੈ ਇੱਕ, ਮਰ ਗਈ ਹੈ ਜਾਂ ਨਹੀਂ ਹੈ। ਮਾਲਣ ਦੀਆਂ ਮਿੰਨਤਾਂ ਕਰਦਾ ਸੱਜਣੋ ਬਸੰਤ, ਵੀ ਮੇਰੀ ਰਾਣੀ ਦਾ ਪਤਾ ਲਈ ਕਿਵੇਂ ਮਿੰਨਤਾਂ ਕਰਦਾ, ਮਿੰਨਤਾਂ ਕਰਦਾ ਬਾਈ। ਮਾਲਣੇ ਨੂੰ ਆਖਦਾ ਬਸੰਤ ਬੋਲ ਕੇ, ਜੀ ਬਸੰਤ ਬੋਲ ਕੇ, ਕਹਿੰਦਾ ਹਾਰ ਗੁੰਦਾ ਸੁੰਦਰ ਪੁਸ ਪਟੋਲ ਕੇ, ਨੀ ਤੂੰ ਹਾਰ ਗੁੰਦਾ ਸੁੰਦਰ ਪੁਸ ਪਟੋਲ ਕੇ, ਹਾਰ ਲੈ ਕੇ ਬੇੜੇ ਵਿੱਚ ਜਾਹੀ ਮਾਲਣੇ, ਹੈ ਨੀ ਜਾਹੀ ਮਾਲਣੇ, ਹੈ ਨੀ ਪਤਾ ਮੇਰੀ ਨਾਰਦਾ ਲਿਆਈ ਮਾਲਣੇ, ਹੈ ਨੀ ਪਤਾ ਮੇਰੀ ਨਾਰਦਾ ਲਿਆਈ ਮਾਲਣੇ, ਕਹਿੰਦਾ ਪਹਿਲਾਂ ਮੇਰਾ ਕਰੀ ਪਰ ਨਾਮ ਉਸਨੂੰ, ਪਰ ਨਾਮ ਉਸਨੂੰ, ਨਾਲੇ ਫੇਰ ਹਾਲ ਪੁੱਛ ਲਈ ਤਮਾਮ ਉਸਨੂੰ, ਹੈ ਨੀ ਫੇਰ ਹਾਲ ਪੁੱਛ ਲਈ ਤਮਾਮ ਉਸ
ਨੂੰ ਕਿਸੇ ਗੱਲੋਂ ਨਹੀਂ ਸ਼ਰਮਾਈ ਮੱਲਣੇ ਸ਼ਰਮਾਈ ਮੱਲਣੇ ਹੈ ਨੀ ਪਤਾ ਮੇਰੀ ਨਾਰਦਾ ਲਿਆਈ ਮੱਲਣੇ ਨੀ ਤੂੰ ਪਤਾ ਮੇਰੀ ਨਾਰਦਾ ਲਿਆਈ ਮੱਲਣੇ ਕਹਿੰਦਾ ਦੇਖੀ ਕਿਤੇ ਮਾਰੇ ਜੇ ਕਟਾਰ ਖਾਈ ਕੇ ਨੀ ਕਟਾਰ ਖਾਈ ਕੇ ਨਾਲੇ ਦੇਦੀ ਟੁੱਟੇ ਦਿਲ ਨੂੰ ਤਲਾਸਾ ਜਾਈ ਕੇ ਨੀ ਤੂੰ ਦੇਦੀ ਟੁੱਟੇ ਦਿਲ ਨੂੰ ਤਲਾਸਾ ਜਾਈ ਕੇ ਗਲ ਨਾਲ ਲਾ ਕੇ ਸਮਝਾਈ ਮੱਲਣੇ ਸਮਝਾਈ ਮੱਲਣੇ ਹੈ ਨੀ ਪਤਾ ਮੇਰੀ ਨਾਰਦਾ ਲਿਆਈ ਮੱਲਣੇ ਨੀ ਤੂੰ ਪਤਾ ਮੇਰੀ ਨਾਰਦਾ ਲਿਆਈ ਮੱਲਣੇ ਕਹਿੰਦਾ ਜੇ ਵੀ ਜੇ ਅਸਾਂ ਦਾ ਖਿਆਲ ਉਸ ਨੂੰ ਨੀ ਖਿਆਲ ਉਸ ਨੂੰ ਨਾਲੇ ਪੁੱਛਣਾ ਤਮਾਮ ਹਾਲ ਚਾਲ ਉਸ ਨੂੰ ਹੈ ਨੀ ਪੁੱਛਣਾ ਤਮਾਮ ਹਾਲ ਚਾਲ ਉਸ ਨੂੰ ਉਸ ਦਾ ਧਰਮ ਅਜਮਾਈ ਮੱਲਣੇ ਅਜਮਾਈ ਮੱਲਣੇ ਹੈ ਨੀ ਪਤਾ ਮੇਰੀ ਨਾਰਦਾ ਲਿਆਈ ਮੱਲਣੇ ਨੀ ਤੂੰ ਪਤਾ ਮੇਰੀ ਨਾਰਦਾ ਲਿਆਈ ਮੱਲਣੇ ਕਹਿੰਦਾ ਕਿਵੇਂ ਉਹਨੇ ਵਕਤ ਗੁਜ਼ਾਰੇ ਹੋਣਗੇ ਨੀ ਗੁਜ਼ਾਰੇ ਹੋਣਗੇ ਨਾਲੇ ਹਿਜਰਾਂ ਦੇ ਕਸਟ ਸਹਾਰੇ ਹੋਣਗੇ ਹੈ ਨੀ ਹਿਜਰਾਂ ਦੇ ਕਸਟ ਸਹਾਰੇ ਹੋਣਗੇ ਖੇਤੀ ਕਰੀ ਦੇਰ ਨਾ ਲਗਾਈ ਮੱਲਣੇ ਨੀ ਲਗਾਈ ਮੱਲਣੇ ਹੈ ਨੀ ਪਤਾ ਮੇਰੀ ਨਾਰਦਾ ਲਿਆਈ ਮੱਲਣੇ ਨੀ ਤੂੰ ਪਤਾ ਮੇਰੀ ਨਾਰਦਾ ਲਿਆਈ ਮੱਲਣੇ ਕਹਿੰਦਾ ਜਾ ਕੇ ਝੱਟ ਦੇ ਦੀਏ ਸੁਨੇਹਾ ਮੁੱਜਦਾ ਨੀ ਸੁਨੇਹਾ ਮੁੱਜਦਾ ਨਾਲੇ ਆਖੀ ਉਹਨੂੰ ਕੈਮ ਹੈ ਸੁਹਾਗ ਤੁਝਦਾ ਨਾਲੇ ਆਖੀ ਉਹਨੂੰ ਕੈਮ ਹੈ ਸੁਹਾਗ ਤੁਝਦਾ ਹੈ ਨੀ ਖੁਸ਼ੀ ਖੁਸ਼ੀ ਬਾਰ ਤਾ ਸੁਣਾਈ ਮੱਲਣੇ ਨੀ ਸੁਣਾਈ ਮੱਲਣੇ ਹੈ ਨੀ ਪਤਾ ਮੇਰੀ ਨਾਰਦਾ ਲਿਆਈ ਮੱਲਣੇ ਨੀ ਤੂੰ ਪਤਾ ਮੇਰੀ ਨਾਰਦਾ ਲਿਆਈ ਮੱਲਣੇ ਉਹ ਵੀ ਮਿਸਰ ਬੰਦਰ ਗਾ ਤੇ ਬੇੜਾ ਖੜਿਆ ਹੈ ਨੀ ਬੇੜਾ ਖੜਿਆ ਨਾਲੇ ਸੇਠ ਨਾਲ ਨੌਕਰਾਂ ਸਹਿਰ ਬੜਿਆ ਹੈ ਨੀ ਸੇਠ ਨਾਲ ਨੌਕਰਾਂ ਸਹਿਰ ਬੜਿਆ ਹੈ ਨੀ ਚੋਰੀ ਛੁਪੇ ਖਬਰ ਬਚਾਈ ਮੱਲਣੇ ਨੀ ਬਚਾਈ ਮੱਲਣੇ ਹੈ ਨੀ ਪਤਾ ਮੇਰੀ ਨਾਰਦਾ ਲਿਆਈ ਮੱਲਣੇ ਨੀ ਤੂੰ ਪਤਾ ਮੇਰੀ ਨਾਰਦਾ ਲਿਆਈ ਮੱਲਣੇ ਉਹ ਵੀ ਮੱਲਣ ਜਹਾਜ਼ ਵਿੱਚ ਗਈ ਝੱਟ ਜੀ ਆਹੋ ਗਈ ਝੱਟ ਜੀ ਫੇਰ ਦੇਤਾ ਗਰ ਮੇਲ ਨੇ ਜਵਾਬ ਫੱਟ ਜੀ ਅੱਗੋਂ ਦੇਤਾ ਗਰ ਮੇਲ ਨੇ ਜਵਾਬ ਫੱਟ ਜੀ ਹੈ ਨੀ ਹਾਰ ਨਾ ਗਲੇ ਦੇ ਵਿੱਚ ਪਾਈ ਮੱਲਣੇ ਹੈ ਨੀ ਪਾਈ ਮੱਲਣੇ ਨਾਲੇ ਪਤਾ ਮੇਰੀ ਨਾਰਦਾ ਲਿਆਈ ਮੱਲਣੇ ਮੈਨੂੰ ਪਤਾ ਮੇਰੀ ਨਾਰਦਾ ਲਿਆਈ ਮੱਲਣੇ ਮਾਈ ਮੇਰੀ ਔਰਤ ਦਾ ਪਤਾ ਲਈ ਜਾ ਕੇ ਕਿਸੇ ਬਹਾਨੇ ਵਗ ਜਾ ਛੇਤੀ ਕਰ ਬੇੜੇ ਦੇ ਵਿੱਚ ਜਹਾਜ਼ ਦੇ ਅੰਦਰ ਮੇਰੀ ਰਾਣੀ ਹੈ ਐ ਦੇਖ ਕੇ ਆ ਮਾਤਾ ਜਿਉਂਦੀ ਹੈ ਜਾਂ ਨਹੀਂ ਜੇ ਤਾਂ ਜਿਉਂਦੀ ਹੋਈ ਤਾਂ ਮੇਰੀਆਂ ਗੱਲਾਂ ਦੱਸਿਆ ਜੇ ਮਰ ਗਈ ਹੋਈ ਤਾਂ ਵੀ ਪਤਾ ਲੱਗ ਜੂਗਾ ਤਾਂ ਉਸੇ ਟਾਈਮ ਮਾਲਣ ਨੇ ਫੁੱਲ ਤੋੜੇ ਫੁੱਲ ਤੋੜ ਕੇ ਹਾਰ ਬਣਾ ਲਏ ਰੱਖ ਕੇ ਟੋਕਰੀ ਦੇ ਵਿੱਚ ਹਾਰ ਮਾਲਣ ਚੱਲ ਗਈ ਬੰਦਰਗਾਹ ਦੇ ਨੇੜੇ ਜਾ ਰਹੀ ਬੰਦਰਗਾਹ ਦੇ ਨੇੜੇ ਜਾ ਕੇ ਆਲੇ ਦੁਆਲੇ ਗੇੜੇ ਕੱਟਦੀ ਫਿਰਦੀ ਹੈ ਕਿਹੜਾ ਹਾਰ ਵੇਚਣੇ ਸੀ ਟਾਈਮ ਬਚਾਇਆ ਵੀ ਸੇਠ ਚਰਨਜੀ ਮੱਲ ਤਾਂ ਚੱਲਿਆ ਗਿਆ ਨੌਕਰ ਚਲੇ ਗਏ ਜਹਾਜ਼ ਵਿਹਲਾ ਦੇਖਿਆ ਫੱਟ ਦੇ ਕੇ ਮਾਲਣ ਜਹਾਜ਼ ਚ ਵੜ ਗਈ ਤਾਂ ਰਾਣੀ ਬੈਠੀ ਹੈ ਗੋਡੇ ਮੂਧੇ ਮਾਰੇ ਹੋਏ ਨੇ ਹਾਲੋਂ ਬੇਹਾਲ ਹੈ ਕੇਸ ਖੁੱਲੇ ਨੇ ਅੱਖਾਂ ਦੇ ਵਿੱਚੋਂ ਤਲ ਤਲ ਪਾਣੀ ਚੱਲ ਰਿਹਾ ਦੁਖੀਆਂ ਨੂੰ ਦੇਖ ਕੇ ਮਾਲਣ ਭਾਗਾਂ ਵਾਲੀ ਪੁੱਤਰੀ ਲੈ ਤੇਰੇ ਗਲ ਦੇ ਵਿੱਚ ਹਾਰ ਪਾਵਾਂ ਬਾਂਹ ਖੜੀ ਕਰਤੀ ਰਾਣੀ ਨੇ ਮਾਤਾ ਦੇਖੀ ਮੇਰੇ ਗਲ ਦੇ ਵਿੱਚ ਹਾਰ ਨਾ ਪਾ ਦੀ ਦੇਖੀ ਕਿਤੇ ਹਾਰ ਪਾ ਦੇ ਕਿਉਂ ਪੁੱਤਰ ਹਾਰ ਕਿਉਂ ਨਾ ਪਾਵਾਂ ਨੀ ਮਾਤਾ ਤੈਂ ਕਿਹਾ ਵੀ ਭਾਗ ਭਰੀ ਸੁਹਾਗਣ ਹੈ ਤੂੰ ਹਾਂ ਪੁੱਤਰ ਨੀ ਮੇਰੇ ਇਹੋ ਜਿਹੇ ਕਰਮ ਕਿੱਥੇ ਨੇ ਅਹੀ ਜੀ ਮੇਰੀ ਮਾੜੀ ਤਕਦੀਰ ਪਰਮਾਤਮਾ ਨੇ ਲਿਖੀ ਹੈ ਮੈਂ ਸੁਹਾਗਣ ਕਿੱਥੇ ਹਾਂ ਮੇਰਾ ਪਤੀ ਤਾਂ ਰੱਬ ਨੂੰ ਪਿਆਰਾ ਹੋ ਗਿਆ ਡੋਬ ਕੇ ਮਾਰਤਾ ਸੇਠ ਚਰਨਜੀ ਮੱਲ ਨੇ ਕੰਬੜੀਏ ਮੈਂ ਤਾਂ ਨਰਕਾਂ ਦੀ ਅਧਿਕਾਰ ਨਾ ਦੇਖੀ ਮੇਰੇ ਗਲ ਚ ਹਾਰ ਪਾ ਦੇ ਜਾਂ ਹਾਰ ਗਲ ਚ ਪਾਉਣ ਲੱਗੀ ਲੜਕੀ ਨੇ ਜਵਾਬ ਦਿੱਤਾ ਤਾਂ ਮਾਲਣ ਕਹਿਣ ਲੱਗੀ ਪੁੱਤਰ ਡਰ ਨਾ ਜਮਾ ਜਿਹਨੂੰ ਪਰਮਾਤਮਾ ਰੱਖਦਾ ਕੌਣ ਮਾਰਦਾ ਮਾਰਨ ਵਾਲੇ ਦੀ ਕੀ ਤਾਕਤ ਹੈ ਫਿਕਰ ਨਾ ਕਰ ਤੇਰਾ ਪਤੀ ਮੇਰੇ ਘਰ ਹੈ
ਮੈਂ ਉਸੇ ਨੇ ਭੇਜੀ ਆ ਜਿਹੜਿਆ ਹਾਰਾਂ ਦਾ ਸਮਾਨ ਕੀਤਾ ਤੇਰੇ ਪਤੀ ਦੇ ਹੁਕਮ ਨਾਲ ਕੀਤਾ। ਕਹਿੰਦੀ ਅੱਛਾ ਮਾਤਾ, ਮੇਰਾ ਪਤੀ ਜਿਉਂਦਾ? ਮੇਰੇ ਪਤੀ ਦਾ ਨਾਂ ਦੱਸ। ਕਹਿੰਦੀ ਪੁੱਤਰ ਬਸੰਤ ਹੈ ਤੇਰੇ ਪਤੀ ਦਾ ਨਾਂ। ਠੀਕ ਆ ਮਾਤਾ, ਮੇਰਾ ਪਤੀ ਤੁਹਾਨੂੰ ਥਿਆਇਆ ਕਿੱਥੋਂ? ਕਹਿੰਦੀ ਪੁੱਤਰ ਤੜਕੀ ਮੇਰੇ ਘਰ ਵਾਲਾ ਨਹਾਉਣ ਗਿਆ ਸੀ ਸਮੁੰਦਰ ਤੇ, ਉੱਥੇ ਸਹਿਕਦਾ ਸੀ ਪਾਣੀ ਦੇ ਵਿੱਚ, ਮੇਰਾ ਪਤੀ ਚੱਕ ਲਿਆ ਤੇਰੇ ਪਤੀ ਨੂੰ, ਉਹਦੀ ਸੇਵਾ ਕੀਤੀ ਅਸੀਂ, ਦੂਜੇ ਦਿਨ ਹੋਸ਼ ਦੇ ਵਿੱਚ ਆਇਆ, ਪਰ ਹੁਣ ਤੇਰੇ ਪਤੀ ਦੀਆਂ ਗੱਲਾਂ ਸੁਣ ਲਾ। ਕਹਿੰਦੀ ਮਾਤਾ ਦੱਸ ਗੱਲਾਂ। ਕਹਿੰਦੀ ਦੇਖ, ਤੇਰੇ ਪਤੀ ਨੇ ਕਿਹਾ ਵੀ ਸੇਠ ਚਰਨਜੀਤ ਮੱਲ ਵਾਇਦਾ ਕਰ ਲਈ, ਦੇਰ ਨਾ ਕੋਈ ਲਾਏ, ਹੁਣ ਬਸੰਤ ਦੀਆਂ ਗੱਲਾਂ ਦੱਸੀਆਂ ਹੋਈਆਂ, ਮਾਲਣ ਰਾਣੀ ਨੂੰ ਗੱਲਾਂ ਦੱਸਦੀ ਹੈ, ਬੀਬੀ ਦੀ ਬਾਤ ਸੁਣ ਕੇ ਮਾਲਣ ਬਿਆਨ ਕਰਦੀ ਹੈ, ਜੋੜੀ ਦੱਸਦੀ ਵੀ ਕਿਵੇਂ ਬਿਆਨ ਕਰਦੀ ਹੈ, ਹੇ ਇੰਜ ਬਿਆਨ ਕਰਦੀ ਆ ਬਾਈ। ਹਾਲਤ ਦੇਖ ਬੇਨਤੀ ਕੀਤੀ, ਹੇ ਮਤ ਹੀ ਨ ਪਤੰਗੇ, ਅਗਨ ਪ੍ਰੀਤ ਰੀਤ ਕੁਛ ਨਾਹੀ, ਕਿਉਂ ਲੈ ਮਤ ਹੈ ਪੰਗੇ, ਤੂੰ ਹਤਕਾਰ ਪਿਆਰ ਲਈ ਜਾਵੇ, ਤੇਰੇ ਅਗਨੀ ਭੰਗ ਜਲਾਏ, ਬੇਕਦਰਿਆਂ ਦੀ ਜਾਰੀ ਨਾਲੋਂ ਦੂਰ ਮਸ਼ੂਕਾਂ ਚੰਗੇ। ਓਏ ਸੁਣ ਬੀਬੀ ਦੀ ਗੱਲ, ਮੋੜ ਫਿਰ ਮਾਲਣ ਬਿਆਨ ਕਰੇ, ਕਿਉਂ ਦੱਸ ਨੈਣ ਗਮਾਲੇ ਕਿਸ ਬਿਦ ਰੋ ਰੋ ਕਾਣ ਕਰੇ, ਨਾਲੇ ਆਪਣੇ ਵਿੱਚ ਪਾ ਲੈ ਹਾਰ ਹਮਾਰਾ ਨੀਤੀਏ, ਕੈਮ ਜਗਤ ਵਿੱਚ ਤੇਰਾ ਦਿਲ ਬੜਾ ਪਿਆਰਾ ਨੀਤੀਏ, ਰੂਪ ਪੂਪ ਦਾ ਪਾਈ ਜੀ ਦਾ ਨਾਮ ਬਸੰਤ ਕੁੜੇ, ਘਰ ਸਾਡੇ ਵਿੱਚ ਰਹਿੰਦਾ ਏ ਹੁਣ ਤੇਰਾ ਕੰਤ ਕੁੜੇ, ਦਿਲੋ ਆਣ ਕੇ ਦਿਲ ਵਿੱਚ ਰੱਖ ਸਹਾਰਾ ਨੀਤੀਏ, ਕੈਮ ਜਗਤ ਵਿੱਚ ਤੇਰਾ ਦਿਲ ਬੜਾ ਪਿਆਰਾ ਨੀਤੀਏ, ਕੌਣ ਮਾਰ ਦੇ ਉਹਨੂੰ ਜੀ ਦਾ ਰਾਮ ਸਹਾਰਾ ਏ, ਹੁਕਮ ਉਸ ਦੇ ਬਾਜ ਕੋਈ ਨਾ ਚੱਲਦਾ ਚਾਰਾ ਏ, ਡੁੱਬਦੇ ਤਾਈ ਆਪੇ ਦਬੇ ਕਿਨਾਰਾ ਨੀਤੀਏ, ਕੈਮ ਜਗਤ ਵਿੱਚ ਤੇਰਾ ਦਿਲ ਬੜਾ ਪਿਆਰਾ ਨੀਤੀਏ, ਉਹ ਦਿਲ ਵਿੱਚ ਰੱਖ ਤਸੱਲੀ ਹੋ ਸਹਿਬਾਸ ਸੰਭਾਲ ਕੁੜੇ, ਪਤੀ ਤੁਮਾਰਾ ਕੈਮ ਫਿਕਰ ਨਾ ਕਰਨਾ ਡਾਲ ਕੁੜੇ, ਨਾਲ ਖੁਸ਼ੀ ਦੇ ਕਰਦੇ ਹਾਰ ਸ਼ਿੰਗਾਰਾ ਨੀਤੀਏ, ਕੈਮ ਜਗਤ ਵਿੱਚ ਤੇਰਾ ਦਿਲ ਬੜਾ ਪਿਆਰਾ ਨੀਤੀਏ, ਸਰਬ ਭਾਰਤ ਆਇਓ ਨੇ ਸਾਨੂੰ ਆਪ ਸੁਣਾਈ ਆ, ਰੂਪ ਮਿਸਰ ਦਾ ਰਾਜਾ ਸਕਾਇਓ ਸਦਾ ਪਾਈ ਆ, ਹੋ ਜੂ ਵਿੱਚ ਕਚੈਰੀ ਕੁੱਲਨ ਤਾਰਾ ਨੀਤੀਏ, ਕੈਮ ਜਗਤ ਵਿੱਚ ਤੇਰਾ ਦਿਲ ਬੜਾ ਪਿਆਰਾ ਨੀਤੀਏ, ਮੰਨ ਲਈ ਤਤਵੀਰ ਇੱਕ ਜੋ ਤੇਰੇ ਕੰਤ ਦੀ, ਕਹੀਂ ਸੇਠ ਨੂੰ ਕਥਾ ਸੁਣਾਵੇ ਰੂਪ ਬਸੰਤ ਦੀ, ਕਰੇ ਉਸ ਨਾਲ ਸਾਦੀ ਦਾ ਇਕਰਾਰਾ ਨੀਤੀਏ, ਕੈਮ ਜਗਤ ਵਿੱਚ ਤੇਰਾ ਦਿਲ ਬੜਾ ਪਿਆਰਾ ਨੀਤੀਏ, ਦੇਖੀ ਨਾ ਕਬਰਾ ਜੀਤੀਏ ਵਚਨਾ ਮੇਰਿਆ ਤੋਂ, ਕਥਾ ਸੁਣਨ ਦੀ ਰੀਤ ਆਖਦੀ ਪਹਿਲਾਂ ਫੇਰਿਆ ਤੋਂ, ਹੋ ਫੈਸਲਾ ਅਖਰਕਾਰ ਤੁਮਾਰਾ ਨੀਤੀਏ, ਕੈਮ ਜਗਤ ਵਿੱਚ ਤੇਰਾ ਦਿਲ ਬੜਾ ਪਿਆਰਾ ਨੀਤੀਏ, ਚੰਦਨ ਬਦਨ ਦੇ ਦਿਲ ਵਿੱਚ ਹੋ ਗਈ ਸਰਬਤ ਸੱਲੀ ਆ, ਹਰ ਗਲੇ ਵਿੱਚ ਪਾ ਕੇ ਕਰਨ ਨੂੰ ਮਾਲਣ ਚੱਲੀ ਆ, ਲੁਆਣ ਕਰ ਮੇਰੇ ਟਹਿਲ ਗਲ ਜਾਰਾ ਨੀਤੀਏ, ਕੈਮ ਜਗਤ ਵਿੱਚ ਤੇਰਾ, ਕੈਮ ਜਗਤ ਵਿੱਚ ਤੇਰਾ ਦਿਲ ਬੜਾ ਪਿਆਰਾ ਨੀਤੀਏ। ਮਾਲਣ ਕਹਿਣ ਲੱਗੀ ਚੰਦਨ ਬਦਨ ਨੂੰ, ਧੀਏ ਤੇਰਾ ਸੰਸਾਰ ਦੇ ਵਿੱਚ ਦਿਲ ਵਰਜਾਨੀ ਕਾਇਮ ਹੈ, ਜਿਹਨੂੰ ਪਰਮਾਤਮਾ ਰੱਖਦਾ ਹੈ ਉਹਨੂੰ ਮਾਰਨ ਵਾਲਾ ਕੌਣ ਹੈ, ਮਨ ਦੇ ਵਿੱਚ ਸਹਾਰਾ ਕਰ, ਮੇਰੇ ਘਰ ਦੇ ਵਿੱਚ ਰਹਿਣ ਬਸੇਰਾ ਕਰਦਾ, ਸਾਡੇ ਘਰ ਦੇ ਵਿੱਚ ਰਹਿੰਦਾ, ਮੈਂ ਉਸੇ ਨੇ ਭੇਜੀ ਆ, ਗੱਲ ਕਰੀ ਮਨਜ਼ੂਰ ਪੁੱਤਰ, ਗੱਲ ਕਰੀ ਮਨਜ਼ੂਰ ਪੁੱਤਰ, ਤੂੰ ਤੇਰੇ ਕੰਤ ਦੀ, ਕਹੀਂ ਸੇਠ ਨੂੰ ਕਥਾ ਸੁਣਾਵੇ ਰੂਪ ਬਸੰਤ ਦੀ, ਸੇਠ ਨੂੰ ਦੱਸੀ ਵੀ ਰੂਪ ਬਸੰਤ ਦੀ ਕਥਾ ਸੁਣਾਵੇ ਜੇ ਕੋਈ, ਮੈਂ ਉਹਦੇ ਨਾਲ ਸਾਦੀ ਤਾਂ ਤੇਰੇ ਨਾਲ ਸੇਠ ਸਾਹਿਬ ਸਾਦੀ ਕਰਾ ਸਕਦੀ ਆ, ਦੇਖੀ ਕਿਤੇ ਭੁੱਲ ਨਾ ਜਾਈ, ਦੇਖੀ ਬੇਟਾ ਭੁੱਲ ਨਾ ਜਾਈ ਬਚਨਾ ਮੇਰਿਆਂ ਤੋਂ, ਨੀ ਕਥਾ ਸੁਣਨ ਦੀ ਰੀਤ ਬਤਾ ਦੀ ਪਹਿਲਾਂ ਫੇਰਿਆਂ ਤੋਂ, ਦੇਖੀ ਕਿਤੇ ਖੁਸ਼ੀ ਦੇ ਵਿੱਚ ਆ ਕੇ ਮੇਰੀਆਂ ਗੱਲਾਂ ਭੁੱਲ ਜੇ, ਜਿਹੜਾ ਇਸ ਸ਼ਹਿਰ ਦਾ ਬਾਦਸ਼ਾਹ ਹੈ ਤੇਰੇ ਪਤੀ ਪਿਆਰੇ ਦਾ ਵੱਡਾ ਵੀਰ ਹੈ, ਕਚਹਿਰੀ ਦੇ ਵਿੱਚ ਨਿਸਤਾਰਾ ਹੋ ਜੂਗਾ, ਪਾਪ ਪੁੰਨ ਦਾ ਪਤਾ ਲੱਗ ਜੂਗਾ, ਤੂੰ ਐ ਕਹੀਂ ਸੇਠ ਨੂੰ ਵੀ ਮੇਰੇ ਪੇਕਿਆਂ ਦੇ ਵਿੱਚ ਰੀਤ ਹੈ ਜੇ ਕੋਈ ਜਨਾਨੀ ਵਿਧਵਾ ਹੋ ਜੇ, ਦੁਬਾਰੇ ਪਤੀ
करना होवे कपड़ा पाउना होवे ता कथा सुननी पैंदी आ साडे देश दे विच। रूप संत दी कथा सुन के दुबारे फिर ता दुए पति नू कर सकदी है। शादी दा करार कर ली भी शादी तेरे नाल करा लूंगी मैं, पर मेरा ए विचार पूरा कर दे, जिन्ना मेरा धर्म है धर्म पूरा कर दे। चंदन बदन दे मन दे विच सारियां तसल्लियां हो गईं, या तसल्लियां हो गईं तां मालन चक के टोकरा अपने घर नू चली जांदी है। बसंत नू जाके दस्या पुत्र तेरी राणी दा धर्म कायम है, राणी ठीक है तेरी मरी नहीं है जिउंदी आ, मैं तेरियां सारियां गल्लां दस्या ई, सारा समाज दस्या ई, लिखया ई दसण तों वी। कहना चंगा माता, बसंत कहना मैं तेरा आसान, तेरी देनदारी माता मैं दे नहीं सकदा कि जिन्ना तुसी मेरी पालना कीती है। हुण राणी सजनों खुशी दे विच होगी, सेठ चरणजी वल तां गया वा, राणी ने अपना सुहाग पटारी कढ ली, पेक्या ने सुहाग पटारी कढ के इशनान कीता करके इशनान, कहिंदी अच्छा परमात्मा मेरा पति जिउंदा तां है, जे मेल हो जाए तां चंगी गल है, करके इशनान वस्त्र बदल ले, वस्त्र बदल के गहने टूमा सारा फुल शिंगार ला लिया, ला के फुल शिंगार 16 शिंगार ला के बैठ गई। इन्ने सेठ चरणजी मल नौकरा दे नाल छैल करके सेठ भी मुड़ाया, जा सेठ ने मुड़ के आके जहाज दे विच देखिया राणी करनी, सेठ चरणजी मल कहंदा कहंदा राणी ये शिंगार किहदे नाम ते लाए ने, कहंदी सेठ साहब तैनू नहीं पता, कहना मैनू की पता है कमलिया तेरे नाम दे लाए ने ये शिंगार, मैं तेरे नाम दे लाए ने, होर किहदे नाम दे लाए ने, कहना मेरे नाम दे, कहनी होर जो कुछ ते ये पाप दा समान कीता तू अपना पाप ता भुगतान करेगा, तेरा लेखा धर्म राज करू। मैं अपने मन च विचार लिया सेठ साहब भी पति ता मेरा मर गया, हुण चल 20 दिन रोई कि महीना रोई तेनू पति बनाउणा है, कहना फिर होर की चाहिंदा, कहनी साडी पेक्यां दी रीत है, मेरे प्योक्यां दी साडे देश दी रस्म है, जे कोई जनानी विधवा हो जे रंडी हो जे तां ओह रूप बसंत दी कथा सुनदी है, रूप बसंत दी कथा सुन के बाद दे विच दूए पति नूं करन दी हकदार है। जे तां हुण मैं अपने प्योकी हुंदी अपने देश च हुंदी तां उत्थे तां कथा वाले बहुत सी, जे इत्थे तैनू कोई कथा वाला मिलदा सेठ मन दे विच खुशियां करदा। हुण सेठ चरणजी मल नूं राणी बयान करके भरमाउंदी है भी मैनूं इक बारी रूप ते बसंत दी वार्ता सुना दे, मैं तैनूं परना लूं। सवर्ण सिंह ज्ञानी लचकाणी वाले दा जथा वारन वाले कवि सरहेंज बयान करदे ने जी, राणी फेरे आखदी चरणजी मल नू है चरणजी मल नू सादी कर बाउनी तेरे नाल कल नू तेरे नाल कल नू, दुखा विच ऐवें बखत गजारता रूप ते बसंत दी सना दे भारता हां सना दे भारता, कहिंदा मेरे कोलो जान ना जुदाइयां चलियां बेजुदाइयां चलियां कादी जिंदगानी जो रहण कलियां जो रहण कलियां, मेरा पार थार तू डबो के मारता हां डबो के मारता रूप ते बसंत दी सना दे भारता हां सना दे भारता, कहिंदी दूजी वारी सादी करवाउणी सेठ जी करवाउणी सेठ जी ताही एह वार ता सुनाउणी सेठ जी है सुनाउणी सेठ जी, ओ आसा दे भरम देश दा बिहार ता देश दा बिहार ता रूप ते बसंत दी सना दे भारत हां सना दे भारत, ओ भी एनी जदों सेठ ने सुनी है गल जी हां सुनी है गल जी खुशियां च भरिया चरणजी मल जी है चरणजी मल जी, हां सोचदा है राणी ने तारा महारत हां तारा महारत रूप ते बसंत दी सना दे भारत हो सना दे भारत, ओ भी रूप कोल जाई के अरज करदा हां अरज करदा 40 मोरा रख के सियानी पारदा ऐ सियानी पारदा, तेरे नाल गाई बचन उचारता बचन उचारता रूप ते बसंत दी सना दे भारत हो सना दे भारत, ओ जदों इन्नी रूप ने सुनी है गल जी हां सुनी है गल जी हो गया है जिगर बचाले सल जी हां बचाले सल जी, हां जा
ਨਿੱਕ ਵੀਰ ਦਾ ਪਿਆਰ ਦਾ ਵੀਰ ਦਾ ਪਿਆਰ ਦਾ ਰੂਪ ਤੇ ਬਸੰਤ ਦੀ ਸਣਾ ਦੇ ਬਾਰ ਦਾ ਹੋਸਣਾ ਦੇ ਬਾਰ ਦਾ ਕਹਿੰਦਾ ਸੁਣਿਆ ਚਿਰਾਂ ਦੇ ਪਿੱਛੋਂ ਨਾਮ ਵੀਰ ਦਾ ਹਾਏ ਹਾਏ ਨਾਮ ਵੀਰ ਦਾ ਸੀਨੇ ਵਿੱਚ ਵੱਜ ਗਿਆ ਨਸਾਨਾ ਤੀਰ ਦਾ ਉਹ ਨਸਾਨਾ ਤੀਰ ਦਾ ਵੀਰ ਜਾਦੇ ਆ ਗਿਆ ਸੁਣਾ ਨਸਾਰ ਤਾ ਹਾਂ ਸੁਣਾ ਨਸਾਰ ਤਾ ਰੂਪ ਤੇ ਬਸੰਤ ਦੀ ਸਣਾ ਦੇ ਬਾਰ ਦਾ ਹੋਸਣਾ ਦੇ ਬਾਰ ਦਾ ਉਹ ਵੀ ਦੇ ਤਿਆ ਹੁਕਮ ਚੱਟ ਚੌਂਕੀਦਾਰ ਨੂੰ ਚੱਟ ਚੌਂਕੀਦਾਰ ਨੂੰ ਹੋਕਾ ਦੇ ਕੇ ਆਵੋ ਸਹਿਰੇ ਬਾਜ਼ਾਰ ਨੂੰ ਸਹਿਰੇ ਬਾਜ਼ਾਰ ਨੂੰ ਚੌਂਕੀਦਾਰ ਆ ਕੇ ਪਾਲਾ ਚ ਪੁਕਾਰਤਾ ਪਾਲਾ ਚ ਪੁਕਾਰਤਾ ਰੂਪ ਤੇ ਬਸੰਤ ਦੀ ਸਣਾ ਦੇ ਬਾਰ ਦਾ ਹੋਸਣਾ ਦੇ ਬਾਰ ਦਾ ਇਹਦਾ ਕਥਾ ਜੋ ਬਸੰਤ ਰੂਪ ਦੀ ਸੁਣਾਊਗਾ ਰੂਪ ਦੀ ਸੁਣਾਊਗਾ ਭੂਪ ਕੋਲੋਂ ਮੰਗੀਆਂ ਮਰਾਦਾ ਪਾਊਗਾ ਉਹ ਮਰਾਦਾ ਪਾਊਗਾ ਮਾਲਣਾ ਨੇ ਕੀਤਾ ਸ਼ੁਕਰਾ ਹਜ਼ਾਰ ਤਾ ਸ਼ੁਕਰਾ ਹਜ਼ਾਰ ਤਾ ਰੂਪ ਤੇ ਬਸੰਤ ਦੀ ਸਣਾ ਦੇ ਬਾਰ ਤਾ ਹਾਸਣਾ ਦੇ ਬਾਰ ਤਾ ਕਹਿੰਦਾ ਮਾਲਣੇ ਨੇ ਕਰੋ ਕਰੀਆਂ ਤਿਆਰੀਆਂ ਕਰੀਆਂ ਤਿਆਰੀਆਂ ਅੱਗੇ ਗਰ ਮੇਲ ਤੂੰ ਸਣਾ ਦੇ ਸਾਰੀਆਂ ਤੂੰ ਸਣਾ ਦੇ ਸਾਰੀਆਂ ਕਿਵੇਂ ਜਾ ਕੇ ਦੁੱਖ ਸੇਠ ਦਾਨ ਮਾਰਤਾ ਨਿਠ ਦਾਨ ਮਾਰਤਾ ਰੂਪ ਤੇ ਬਸੰਤ ਦੀ ਸਣਾ ਦੇ ਬਾਰ ਤਾ ਤੂੰ ਸਣਾ ਦੇ ਬਾਰ ਤਾ ਰਾਣੀ ਸੇਠ ਚਰੰਜੀ ਵੱਲ ਨੂੰ ਕਹਿੰਦੀ ਰੂਪ ਤੇ ਬਸੰਤ ਦੀ ਵਾਰਤਾ ਸੁਣਾ ਦੇ ਇੱਕ ਵਾਰੀ ਰੂਪ ਤੇ ਬਸੰਤ ਦੀ ਵਾਰਤਾ ਸੁਣ ਕੇ ਤੇਰੇ ਨਾਲ ਦੁਬਾਰੇ ਸਾਦੀ ਕਰਾਉਣੀ ਹੈ ਫੇਰ ਸਾਦੀ ਦੀ ਰਸਮ ਚੱਲੂਗੀ ਹੁਣ ਸਰੋਤਿਓ ਹਰੇਕ ਬੰਦਾ ਸੋਚਦਾ ਵੀ ਆਪਣਾ ਕੰਮ ਫਲਾਣੇ ਥਾਂ ਬਣਿਆ ਤੇ ਉੱਥੇ ਚੱਲੋ ਸ਼ੇਰ ਵਾਂਗੂ ਘੂਰਾ ਥਿਆਇਆ ਵਾ ਹੁੰਦਾ ਸੇਠ ਨੇ ਸੋਚਿਆ ਵੀ ਰਾਣੀ ਦੀ ਗੱਲ ਤਾਂ ਠੀਕ ਹੈ ਪਰ ਉਰੇ ਕਥਾ ਸੁਣਾਉਣ ਵਾਲਾ ਹੋਊਗਾ ਕਿਹੜਾ ਇਹਨਾਂ ਦੇ ਦੇਸ਼ ਦੇ ਵਿੱਚ ਤਾਂ ਰਿਵਾਜ ਹੈ ਇਹ ਦੇਸ਼ ਦੇ ਵਿੱਚ ਪਤਾ ਨੀ ਰਿਵਾਜ ਹੈ ਪਤਾ ਨੀ ਨਹੀਂ ਹੈ ਮਨ ਦੇ ਵਿੱਚ ਵਿਚਾਰ ਕੀਤੀ ਵੀ ਬਾਦਸ਼ਾਹ ਕੋਲ ਚਲੋ ਰੂਪ ਬਾਦਸ਼ਾਹ ਕੋਲ ਜਾ ਕੇ ਪੁੱਛੋ ਉਹਨੂੰ ਪਤਾ ਹੋਣਾ ਰੂਪ ਬਾਦਸ਼ਾਹ ਦੇ ਕੋਲ ਜਾ ਕੇ 40 ਮੋਹਰਾਂ ਰੱਖ ਕੇ ਮੂਹਰੇ ਸ਼ੈਨੀ ਭਰੀ ਮਹਾਰਾਜ ਜੀ ਮੇਰੇ ਘਰਵਾਲੀ ਨੇ ਵਰਤ ਰੱਖਿਆ ਸੀ ਉਹਨੇ ਵਰਤ ਖੋਲਣਾ ਪਰ ਉਹ ਪਈ ਵੀ ਹੈ ਖੇੜੇ ਵੀ ਮੈਂ ਵਰਤ ਜਦ ਖੋਲੂੰਗੀ ਜੋ ਕੋਈ ਰੂਪ ਬਸੰਤ ਦੀ ਕਥਾ ਸੁਣਾਊ ਜਦ ਬਾਦਸ਼ਾਹ ਨੇ ਰੂਪ ਬਸੰਤ ਦਾ ਨਾਂ ਆਇਆ ਰੂਪ ਬਾਦਸ਼ਾਹ ਦੇ ਕੋਲ ਚਿਰਾਂ ਪਿੱਛੋਂ ਵੀਰਨ ਦੀ ਸੋਹਣੀ ਗੱਲ ਜੀ ਜਿਗਰ ਵਿਚਾਲੇ ਖੁੱਲ ਗਏ ਸਲ ਜੀ ਚਿਰਾਂ ਤੇ ਬਾਅਦ ਬਸੰਤ ਦੀ ਗੱਲ ਸੁਣੀ ਜਿਗਰ ਦੇ ਵਿਚਾਲੇ ਸਲ ਖੁੱਲ ਗਏ ਓ ਸੇਠ ਸਾਹਿਬ ਤੂੰ ਕੋਈ ਸਾਡੇ ਖਾਨਦਾਨ ਦੀ ਕਥਾ ਸੁਣਾ ਦੇਵੇ ਮੈਨੂੰ ਪਤਾ ਲੱਗ ਜੇ ਚੰਗੀ ਗੱਲ ਹੈ ਸੇਠ ਸਾਹਿਬ ਮੈਂ ਢੰਡੋਰਾ ਫੇਰਦਾ ਸ਼ਹਿਰ ਦੇ ਵਿੱਚ ਜੇ ਕੋਈ ਕਥਾ ਸੁਣਾਉਣ ਜੋਗਾ ਹੋਇਆ ਕਿਸੇ ਦੇ ਯਾਦ ਹੋਈ ਤਾਂ ਕੋਈ ਸੁਣਾ ਦੂਗਾ ਪਰ ਮੈਨੂੰ ਤਾਂ ਪਤਾ ਹੀ ਕੋਈ ਨੀ ਵੀ ਕੋਈ ਕਥਾ ਸੁਣਾਉਣ ਵਾਲਾ ਹੈ ਜਾਂ ਨਹੀਂ ਹੈ ਤੈ ਰੂਪ ਤੇ ਬਸੰਤ ਦੀ ਗੱਲ ਇਹ ਸੁਣੀ ਕਿੱਥੋਂ ਹੈ ਮਨ ਦੇ ਵਿੱਚ ਰੋਈ ਜਾਂਦਾ ਬਾਦਸ਼ਾਹ ਹੁਕਮ ਦੇ ਤਾ ਚੌਂਕੀਦਾਰ ਨੂੰ ਚੌਂਕੀਦਾਰ ਹਾਂਜੀ ਜਾ ਸ਼ਹਿਰ ਦੇ ਵਿੱਚ ਢੰਡੋਰਾ ਫੇਰਿਆ ਜੇ ਕੋਈ ਰੂਪ ਬਸੰਤ ਦੀ ਕਥਾ ਜਾਣਦਾ ਹੋਵੇ ਰਾਜੇ ਰੂਪ ਦੀ ਕਚਹਿਰੀ ਚ ਆ ਕੇ ਕਥਾ ਸੁਣਾ ਦੇਵੇ ਤਾਂ ਚੰਗੀ ਗੱਲ ਹੈ ਚੌਂਕੀਦਾਰ ਨੇ ਪਲ ਦੇ ਵਿੱਚ ਬੈਠ ਕੇ ਰਕਸ਼ੇ ਬੱਗੀ ਤੇ ਸਾਰੇ ਸ਼ਹਿਰ ਚ ਢੰਡੋਰਾ ਦੇ ਤਾ ਭਾਈ ਰੂਪ ਬਾਦਸ਼ਾਹ ਦਾ ਹੁਕਮ ਹੈ ਜੇ ਕੋਈ ਰੂਪ ਬਸੰਤ ਦੀ ਕਥਾ ਸੁਣਾਵੇ ਬਾਦਸ਼ਾਹ ਮੂੰਹੋਂ ਮੰਗਿਆ ਇਨਾਮ ਦਊਗਾ ਜਦ ਢੰਡੋਰਾ ਫੇਰਿਆ ਗਿਆ ਬਸੰਤ ਨੇ ਕਿਹਾ ਮਾਲਣ ਨੂੰ ਮਾਲਣ ਹਾਂ ਪੁੱਤਰ ਲੈ ਮਾਈ ਤੇਰੇ ਕਰਨ ਦਾ ਕੰਮ ਫੇਰ ਤੂੰ ਹੀ ਕਰ ਸਕਦੀ ਹੈ ਪੁੱਤ ਦੱਸ ਜਾ ਬਾਦਸ਼ਾਹ ਨੂੰ ਕਹਿੰਦੇ ਜਾ ਕੇ ਵੀ ਮੇਰੇ ਘਰ ਲੜਕੀ ਆਈ ਵੀ ਹੈ ਲੜਕੀ ਕਥਾ ਜਾਣਦੀ ਹੈ ਹੋਰ ਕੋਈ ਨਹੀਂ ਜਾਣਦਾ ਕਹਿੰਦੇ ਚੰਗਾ ਪੁੱਤਰ ਮਾਲਣ ਹੋ ਕੇ ਤਿਆਰ ਪਾਤਸ਼ਾਹ ਦੀ ਕਚਹਿਰੀ ਚ ਆ ਗਈ ਪਾਤਸ਼ਾਹ ਦੀ ਕਚਹਿਰੀ ਦੇ ਵਿੱਚ ਆਏ ਕਹਿਣ ਲੱਗੀ ਬਾਦਸ਼ਾਹ ਮੇਰੇ ਘਰੇ ਲੜਕੀ ਆਈ ਵੀ ਹੈ ਉਹ ਕਥਾ ਜਾਣਦੀ ਹੈ ਐਸੀ ਕਥਾ ਹੋਰ ਨੀ ਕੋਈ ਜਾਣਦਾ ਨਾ ਕਿਸੇ ਦੇ ਯਾਦ ਹੋਣੀ ਹੈ ਕਹਿੰਦਾ ਮਾਈ ਜੇ ਕਥਾ ਤੁਹਾਡੀ ਲੜਕੀ ਜਾਣਦੀ ਹੈ
ਬੜੀ ਚੰਗੀ ਗੱਲ ਹੈ। ਮਾਲਣ ਦਰਬਾਰ ਦੇ ਵਿੱਚ ਖੜ ਕੇ ਬਿਆਨ ਕਰਦੀ ਹੈ, ਜੋੜੀ ਦੱਸਦੀ ਆ ਵੀ ਕਿਵੇਂ ਬਿਆਨ ਕਰਦੀ ਆ, ਇਹ ਇੰਜ ਬਿਆਨ ਕਰਦੀ ਆ ਬਾਈ। ਮਾਲਣ ਆਖ ਦੀ ਵਿੱਚ ਦਰਬਾਰ ਜਾ ਕੇ ਕਰੋ ਅਸਾਂ ਦੇ ਵੱਲ ਖਿਆਲ ਰਾਜਾ, ਤੇਰੀ ਕੱਲੇ ਆ ਰੂਪ ਜੋ ਲਕਸ਼ਮੀ ਦਾ, ਕਰਮ ਧਰਮ ਭਰਪੂਰ ਕਮਾਲ ਰਾਜਾ, ਕਥਾ ਜਾਣਦੀ ਰੂਪ ਬਸੰਤ ਦਿਓ, ਹੋਰ ਜਾਣਦਾ ਕੋਈ ਨਾ ਡਾਲ ਰਾਜਾ, ਕਥਾ ਸੁਣਨ ਦਾ ਆਪ ਨੂੰ ਸ਼ੌਂਕ ਹੋਵੇ, ਇਸ ਗੱਲ ਤੇ ਕਰੋ ਸੰਭਾਲ ਰਾਜਾ, ਹੋਵੇ ਹੁਕਮ ਤਾਂ ਆਪ ਨੂੰ ਆਖ ਦਈਏ, ਪਉ ਮੰਨਣਾ ਇੱਕ ਸਵਾਲ ਰਾਜਾ, ਪਰਦਾ ਆਪ ਦੇ ਸ਼ਹਿਰ ਦੀ ਕਰੋ ਕੱਠੀ, ਲਿਓ ਵਿੱਚ ਦਰਬਾਰ ਬਠਾਲ ਰਾਜਾ, ਮੇਰੇ ਘਰ ਤੋਂ ਇਸ ਦਰਬਾਰ ਤਾਈ ਦਿਓ ਤਾਣਕ ਨਾਥ ਦਾ ਜਾਲ ਰਾਜਾ, ਇਸ ਸ਼ਰਤ ਤੇ ਕੱਲਿਆ ਆਉ ਮੇਰੀ, ਹੋਵੇ ਹੁਕਮ ਤਾਂ ਕਹੋ ਪਪਾਲ ਰਾਜਾ, ਇਹ ਵਾਰਤਾ ਕੀ ਤੋਂ ਨਾ ਮੁੱਲ ਮਿਲਦੀ, ਭਾਵੇਂ ਖਰਚ ਦੋ ਕਿੰਨਾ ਵੀ ਮਾਲ ਰਾਜਾ, ਕਾਦਾ ਕੀਮਤੀ ਬਹੁਤ ਅਨਪੋਲ ਹੈ, ਦੇਵੇ ਦਰਦ ਬਮਾਰਾਂ ਦੇ ਟਾਲ ਰਾਜਾ, ਪਹਿਲ ਸਿੰਘ ਨਾ ਵਕਤ ਗਾਜਾ ਰਿਹਾ ਮੇ, ਸੁਣੋ ਵਾਰਤਾ ਖੁਸ਼ੀ ਦੇ ਨਾਲ ਰਾਜਾ, ਮਾਲਣ ਨੇ ਜਾ ਕੇ ਕਚਹਿਰੀ ਦੇ ਵਿੱਚ ਕੀਤਾ ਬਿਆਨ, ਬਾਦਸ਼ਾਹ ਮੇਰੇ ਘਰ ਲੜਕੀ ਹੈ ਉਹ ਕਥਾ ਸੁਣਾਊਗੀ, ਜੇ ਕਥਾ ਸੁਣਨ ਨੂੰ ਆਪ ਦਾ ਸ਼ੌਂਕ ਹੈ ਮੇਰੀ ਗੱਲ ਤੇ ਖਿਆਲ ਕਰ ਲੋ। ਕਹਿੰਦਾ ਕਹੋ ਮਾਲਣ ਕੀ ਗੱਲ ਹੈ, ਤੇਰੇ ਦਰਬਾਰ ਦੀ ਸਾਰੀ ਪਰਜਾ ਦਰਬਾਰ ਦੇ ਵਿੱਚ ਅੱਜ ਸਾਰੇ ਸ਼ਹਿਰ ਦੀ, ਬਾਹਰ ਨਾ ਬੰਦਾ ਕੋਈ ਰਹੇ। ਅੱਛਾ ਮਾਲਣ, ਫਿਰ ਮੇਰੇ ਘਰ ਤੋਂ ਤੇਰੇ ਦਰਬਾਰ ਤੱਕ ਕਨਾਤਾਂ ਦਾ ਜਾਲ ਤਾਣਿਆ ਜਾਵੇ, ਕਨਾਤਾਂ ਦੇ ਰਾਹੀਂ ਮੇਰੀ ਲੜਕੀ ਆਊਗੀ, ਇੱਕ ਪਾਸੇ ਬੈਠੂਗੀ ਤਾਂ ਤੈਨੂੰ ਕਥਾ ਸੁਣਾਊ, ਐ ਨੀ ਕਥਾ ਸੁਣਾਈ ਜਾਣੀ ਜੇ ਤੂੰ ਸਾਹਮਣੇ ਦਰਬਾਰ ਦੇ ਵਿੱਚ ਕਹੇ। ਕਹਿੰਦਾ ਮਾਲਣੇ ਜੋ ਤੂੰ ਕਹੇਗੀ ਮਾਈ ਸੋਈ ਹੋਜੂ। ਕਹਿੰਦੀ ਜੇ ਆਪ ਕੋ ਸ਼ੌਂਕ ਹੈ ਮੇਰੀ ਗੱਲ ਦਾ ਖਿਆਲ ਕਰਕੇ ਮੇਰੇ ਬਚਨ ਪੂਰੇ ਕਰੋ। ਨੌਕਰਾਂ ਨੂੰ ਹੁਕਮ ਦੇ ਤਾ ਉਸੇ ਟਾਈਮ ਬਾਦਸ਼ਾਹ ਨੇ, ਐ ਕਰੋ ਵੀ ਨੌਕਰੋ ਕਨਾਤਾਂ ਲਿਆਓ, ਕਨਾਤਾਂ ਤਾਣ ਦੋ। ਜਾਂ ਕਨਾਤਾਂ ਤਾਣੀਆਂ ਗਈਆਂ, ਸਾਰੇ ਸ਼ਹਿਰ ਦੀ ਪਰਜਾ ਇਕੱਠੀ ਹੋ ਗਈ ਹੜਤਾਲ ਹੋ ਕੇ, ਦਰਬਾਰ ਲੱਗ ਗਿਆ, ਸੇਠ ਚਰਨਜੀ ਮੱਲ ਵੀ ਆ ਗਿਆ, ਸਾਰੇ ਦਰਬਾਰ ਦੇ ਵਿੱਚ ਆ ਗਏ, ਬਸੰਤ ਦੀ ਰਾਣੀ ਉਹ ਵੀ ਦਰਬਾਰ ਚ ਆ ਕੇ ਬੈਠ ਗਈ। ਉਧਰ ਬਸੰਤ ਨੂੰ ਹੁਕਮ ਹੋ ਗਿਆ ਮਾਲਣ ਨੂੰ, ਜਾ ਮਾਈ ਆਪਣੀ ਲੜਕੀ ਨੂੰ ਬੁਲਾ ਕੇ ਲਿਆ। ਮਾਲਣ ਚਲੀ ਗਈ, ਚੱਲ ਪੁੱਤਰ ਸਾਰਾ ਸਮਾਨ ਤਿਆਰ ਹੈ, ਚਲੋ ਮਾਤਾ ਜੀ। ਬਸੰਤ ਨੇ ਲਿਬਾਸ ਬਦਲਿਆ, ਲਿਬਾਸ ਬਦਲ ਕੇ ਲੜਕੀ ਦਾ ਭੇਸ ਬਣਾਇਆ, ਲੜਕੀ ਦਾ ਭੇਸ ਬਣਾ ਕੇ ਪਰਮਾਤਮਾ ਨੂੰ ਯਾਦ ਕਰਿਆ, ਦੁਨੀਆਂ ਨੂੰ ਰਚਣਹਾਰ, ਸ਼ਾਇਦ ਜੇ ਹੁਣ ਵੀ ਵੀਰ ਦਾ ਮਿਲਾਪ ਹੋ ਜੇ ਤਾਂ ਚੰਗੀ ਗੱਲ ਹੈ, ਇਹ ਨੀ ਪਤਾ ਤਾਂ ਮਿਲਾਪ ਕਰਾਉਣਾ ਜਾਂ ਨਹੀਂ ਕਰਾਉਣਾ, ਅਜੇ ਮੈਨੂੰ ਵਿਸ਼ਵਾਸ ਨਹੀਂ ਦਾਤਾ ਤੇਰੀਆਂ ਗੱਲਾਂ ਤੇ। ਕਰਕੇ ਮਾਲਣ ਦੀ ਲੜਕੀ ਦਾ ਭੇਸ ਬਸੰਤ ਕਨਾਤ ਦੇ ਰਾਹੀਂ ਆ ਗਿਆ, ਬਾਦਸ਼ਾਹ ਦੇ ਦੂਏ ਸਾਈਡ ਤੇ ਬਹਿ ਗਿਆ। ਬਾਦਸ਼ਾਹ ਨੂੰ ਕਹਿੰਦਾ ਬਸੰਤ ਮਾਲਣ ਬਣੀ ਵੀ ਸੀ, ਮਾਲਣ ਆਖਦੀ ਬਾਦਸ਼ਾਹ ਮੇਰੀ ਗੱਲ ਤੇ ਖਿਆਲ ਕਰ। ਕਹਿੰਦਾ ਕਹੋ ਬੀਬੀ, ਜਿੰਨਾ ਚਿਰ ਮੈਂ ਕਥਾ ਕਰੂੰਗੀ ਤੈਂ ਘਬਰਾਉਣਾ ਨਹੀਂ ਹੈ, ਕਿਸੇ ਨੂੰ ਦੋਸ਼ ਨਹੀਂ ਦੇਣਾ, ਮੇਰੀ ਗੱਲ ਤੇ ਪੂਰਾ ਅਮਲ ਰੱਖਣਾ, ਘਬਰਾ ਕੇ ਬੋਲਣਾ ਨਹੀਂ, ਕਿਸੇ ਨੌਕਰ ਨੂੰ ਹੁਕਮ ਨਹੀਂ ਦੇਣਾ, ਜਿੰਦੇ ਕੁੰਡੇ ਲਾ ਦੇ ਚਾਰ ਚਫੇਰੋ ਤੇਰੇ ਦਰਬਾਰ ਦੇ, ਨਾ ਕੋਈ ਬੰਦਾ ਬਾਹਰ ਜਾਵੇ ਨਾ ਅੰਦਰ ਆਵੇ, ਫਿਰ ਮੇਰੀ ਮਾਇਆ ਪੂਰੀ ਕਰ ਦੇ। ਦੱਸ ਭੈਣ ਤੇਰੀ ਮਾਇਆ ਕਿੰਨੀ ਹੈ, ਚਾਰ ਗਾਗਰਾਂ ਮਾਇਆ ਦੀਆਂ ਦੇ ਦੇ, ਚਾਰ ਥੈਲੀਆਂ ਚਮੋਟੀ ਚ ਰੱਖਤੀਆਂ। ਹੁਣ ਬਸੰਤ ਕਥਾ ਸੁਣਾਉਂਦਾ ਮਾਲਣ ਦਾ ਭੇਸ ਬਣਾ ਕੇ, ਤਾਂ ਉਸੇ ਟਾਈਮ ਜਾਂ ਕਿਹਾ ਵੀ ਸੰਗਲਾ ਦੀਪ ਦੇ ਰਹਿਣ ਵਾਲੇ ਰਾਜੇ ਖੜਕ ਸੈਨ ਦੇ ਕੌਰ ਸੀ, ਰੂਪ ਬਸੰਤ ਨਾਂ ਸੀ, ਰੂਪਾਂ ਬੰਤੀ ਉਹਨਾਂ ਦੀ ਮਾਈ ਸੀ। ਬਾਦਸ਼ਾਹ ਛੋਟੀ ਵਸਤਾ ਦੇ ਵਿੱਚ ਮਾਤਾ ਕਾਲ ਕਰ ਗਈ,
ਰਾਜੇ ਖੜਕ ਸੈਨ ਨੇ ਦੂਜੀ ਵਿਆਹ ਕੇ ਔਰਤ ਲਿਆਂਦੀ। ਉਸ ਔਰਤ ਨੇ ਰੂਪ ਤੇ ਬਸੰਤ ਨੂੰ ਦੂਸ਼ਣ ਲਾ ਕੇ ਘਰ ਤੋਂ ਕਢਾਤਾ। ਕਹਿੰਦਾ ਮਾਲਣੇ ਭੈਣੇ ਬਿਲਕੁਲ ਠੀਕ ਹੈ, ਕਥਾ ਸਾਡੇ ਖਾਨਦਾਨ ਦੀ ਹੈ, ਚਲੋ ਠੀਕ ਹੈ। ਕਹਿੰਦੀ ਮਾਤਾ ਦੀ ਮੜੀ ਤੇ ਕਰਲਾਤ ਬਰਲਾਤ ਕੀਤਾ, ਉਥੋਂ ਸੰਤਾਂ ਦਾ ਭੇਸ ਬਣਾ ਕੇ ਰੋਹੀ ਬੀਹਾਵਾਨ ਚ ਆ ਗਏ ਬਾਦਸ਼ਾਹ। ਬੀਹਾਵਾਨ ਦੇ ਵਿਚ ਆ ਕੇ ਰਿਸ਼ੀ ਕੋਲ ਆਏ, ਰਾਮਨਾਥ ਰਿਸ਼ੀ ਕੋਲ ਆ ਕੇ ਆਪਣਾ ਹਵਾਲਾ ਦੱਸਿਆ ਸਾਰਾ। ਮਹਾਤਮਾ ਰਿਸ਼ੀ ਨੇ ਰਾਮਨਾਥ ਨੇ ਬਾਦਸ਼ਾਹ ਉਹਨਾਂ ਨੂੰ ਕਿਹਾ, ਹੈ ਰੂਪ ਨੂੰ ਕਿਹਾ, ਤੇਰੇ ਕਰਮਾਂ ਦੇ ਵਿਚ ਕਾਕਾ ਮਿਸ਼ਰ ਦਾ ਰਾਜ ਹੈ। ਬਸੰਤ ਨੂੰ ਕਿਹਾ ਵੀ ਤੂੰ ਦੁੱਖੜੇ ਭੋਗੇਗਾ। ਕਹਿੰਦਾ ਅੱਛਾ ਭੈਣੇ ਇਧਰੋਂ ਅੱਗੇ ਇਧਰੋਂ ਅੱਗੇ। ਕਹਿੰਦੀ ਬਾਦਸ਼ਾਹ ਦੋ ਚਾਰ ਦਿਨ ਰਹੇ, ਦੋ ਚਾਰ ਦਿਨ ਤੋਂ ਬਾਅਦ ਰਿਸ਼ੀ ਦਾ ਹੁਕਮ ਮੰਨ ਕੇ ਜੰਗਲਾਂ ਚ ਆ ਗਏ। ਜੰਗਲਾਂ ਚ ਆ ਕੇ ਬਸੰਤ ਮੋਇਆ ਗਿਆ, ਪ੍ਰਾਣ ਖਿੱਚਲੇ ਸਰਹਾਲ। ਕਹਿੰਦਾ ਠੀਕ ਹੈ ਭੈਣ, ਜੋ ਕਥਾ ਤੂੰ ਕਹਿਣੀ ਹੈ ਸੱਚ ਕਹਿਣੀ ਹੈ, ਠੀਕ ਹੈ। ਉਧਰੋਂ ਅੱਗੇ ਬੀਬੀ ਕਿਉਂ ਹੋਇਆ? ਕਹਿੰਦੀ ਆਪਣੇ ਵੀਰ ਤੇ ਕੱਫੜਾ ਪਾਤਾ ਰੂਪ ਨੇ, ਰੋਕਰ ਲਾ ਕੇ ਪਾ ਕੇ ਕੱਪੜਾ ਕੱਫੜ ਲੈਣ ਦੇ ਵਾਸਤੇ ਚਲਿਆ ਗਿਆ। ਕੱਫੜ ਲੈਣ ਦੇ ਵਾਸਤੇ ਆਇਆ ਸੀ, ਗਾਂ ਸ਼ਹਿਰ ਦਾ ਬਾਦਸ਼ਾਹ ਮਰ ਗਿਆ ਸੀ ਕਿਸੇ ਸਮੇਂ ਦੇ ਵਿਚ। ਰੂਪ ਬਾਦਸ਼ਾਹ ਨੂੰ ਇੱਕ ਵਾਰੀ ਕਹਿੰਦੀ ਮਿਸ਼ਰ ਦਾ ਰਾਜ ਹੋਇਆ, ਜਾਂ ਮਿਸ਼ਰ ਦੇ ਰਾਜ ਦਾ ਨਾਮ ਲਿਆ। ਕਹਿੰਦਾ ਵੀ ਬਿਲਕੁਲ ਕਥਾ ਤਾਂ ਮੇਰੇ ਤੇ ਚੱਲ ਰਹੀ ਹੈ, ਕਹਾਣੀ ਤਾਂ ਇਹੀ ਹੈ। ਕਹਿੰਦਾ ਭੈਣ ਅੱਗੇ, ਕਹਿੰਦੀ ਬਾਦਸ਼ਾਹ ਰੂਪ ਬਾਦਸ਼ਾਹ ਤਾਂ ਮਿਸ਼ਰ ਦਾ ਰਾਜ ਕਰਦਾ ਰਿਹਾ, ਬਸੰਤ ਗੈਲੋਂ ਮੰਗਲ ਨਾਥ ਨੇ ਸੁਰਜੀਤ ਕਰ ਲਿਆ। ਕਹਿੰਦਾ ਸ਼ੁਕਰ ਹੈ ਮਾਲਕ ਤੇਰੀ ਦਰਗਾਹ ਨੂੰ, ਸੁਰਜੀਤ ਤਾਂ ਹੋ ਗਿਆ, ਚੰਗੀ ਗੱਲ ਹੈ। ਕਹਿੰਦੀ ਤਿੰਨ ਸਾਲ ਸੰਤਾਂ ਦੇ ਕੋਲ ਰਿਹਾ, ਭਾਂਡੇ ਮਾਂਜੇ ਜੂਠੇ, ਲੰਗਰ ਦੀ ਸੇਵਾ ਕੀਤੀ। ਤਿੰਨ ਸਾਲ ਤੋਂ ਬਾਅਦ ਰਿਸ਼ੀ ਦਾ ਹੁਕਮ ਮੰਨ ਕੇ ਸ਼ਿਕਾਰ ਖੇਲਣ ਆਇਆ ਸੀ। ਫਿਰ ਤੂਫਾਨ ਚੱਲ ਪਿਆ, ਬਾਦਸ਼ਾਹ ਤੂਫਾਨ ਦੇ ਨਾਲ ਮਿਸ਼ਰ ਸ਼ਹਿਰ ਦੇ ਨੇੜੇ ਆ ਗਿਆ। ਮਿਸ਼ਰ ਸ਼ਹਿਰ ਦੇ ਨੇੜੇ ਆ ਕੇ ਰਾਤ ਪੈ ਗਈ ਬਸੰਤ ਨੂੰ। ਜਿਸ ਟਾਈਮ ਰਾਤ ਪਈ, ਰਾਤ ਨੂੰ ਸ਼ੇਰ ਮਾਰਿਆ ਬਸੰਤ ਨੇ। ਬਾਦਸ਼ਾਹ ਦੇ ਕੰਨ ਖੁੱਲ ਗਏ ਵੀ ਸ਼ੇਰ ਬਸੰਤ ਨੇ ਮਾਰਿਆ, ਸ਼ੇਰ ਮਾਰਨ ਵਾਲੇ ਤਾਂ ਹੋਰ ਸੀ। ਕਹਿੰਦਾ ਅੱਛਾ ਭੈਣ, ਫਿਰ ਗਾਹਾਂ ਕੀ ਬੀਤੀ? ਕਹਿੰਦੀ ਬਾਦਸ਼ਾਹ ਸ਼ੇਰ ਨੂੰ ਮਾਰ ਕੇ ਬਸੰਤ ਖੁਸ਼ੀ ਦੇ ਵਿਚ ਸੌ ਗਿਆ। ਕੋਤਵਾਲ ਜੇਲ ਦਰੋਗੇ ਨੇ ਟੱਕ ਮਾਰਿਆ ਬਸੰਤ ਦੀ ਗਰਦਨ ਤੇ, ਆਪਣੀ ਜਾਨ ਚ ਮਾਰ ਕੇ ਟੋਇਆਂ ਚ ਸਿੱਟੇ ਆਏ। ਤਾਂ ਤੜਕੇ ਨੂੰ ਘੁਮਿਆਰ ਮਿੱਟੀ ਲੈਣ ਗਿਆ ਸੀ, ਲਾਲੂ ਰਾਮ ਘੁਮਿਆਰ ਚੱਕ ਲਿਆ, ਆਏ ਸ਼ਹਿਰ ਦੇ ਰਹਿਣ ਵਾਲਾ। ਯਾਦ ਇਹ ਗੱਲ ਕਹੀ, ਕਹਿੰਦਾ ਭੈਣੇ ਟੱਕ ਮਾਰਿਆ ਕਿਹਨੇ? ਕਹਿੰਦੀ ਤੇਰੇ ਜੇਲ ਦਰੋਗੇ ਨੇ। ਹੋਰ ਟੱਕ ਕਿਹਨੇ ਮਾਰਨਾ ਸੀ? ਗੁੱਸੇ ਦੇ ਵਿਚ ਆਇਆ ਰਾਜਾ ਮਾਲਣ। ਕਹਿੰਦੀ ਬਾਦਸ਼ਾਹ ਮੇਰਾ ਜੇ ਬਿਆਨ ਜੇ ਮੇਰੀ ਬਚਨਾ ਤੇ ਨਾ ਖੜਿਆ, ਮੈਂ ਅੱਗੇ ਕਥਾ ਨੀ ਸੁਣਾਉਣੀ ਹੈ, ਤੈਨੂੰ ਪਹਿਲਾਂ ਕਿਹਾ ਵੀ ਗੁੱਸਾ ਨੀ ਕਰਨਾ। ਕਹਿੰਦਾ ਚੰਗਾ ਭੈਣੇ ਸੁਣਾ ਕਥਾ। ਕਹਿੰਦੀ ਘੁਮਿਆਰਾਂ ਨੇ ਰਾਜੀ ਕਰ ਲਿਆ ਬਸੰਤ ਨੂੰ, ਫਿਰ ਉਹੀ ਕੋਤਵਾਲ ਠਗਣੀ ਨੂੰ ਸਿਖਾ ਕੇ ਬਸੰਤ ਨੂੰ ਦੂਸ਼ਣ ਲਵਾ ਕੇ ਜੇਲ ਚ ਬੰਦ ਕਰਤਾ, ਮਿਸਰ ਦੀ ਚ ਜੇਲ ਚ ਬੰਦ ਕਰਿਆ। ਬਾਦਸ਼ਾਹ ਨੂਣ ਮਿਰਚਾਂ ਦੀ ਤਿਹਾਈ ਖੜੀ ਚੱਕੀ, ਚਾਰ ਸਾਲ ਜੇਲ ਕੱਟੀ ਬਸੰਤ ਨੇ ਮਿਸਰ ਦੀ। ਜਾ ਸੋਚਿਆ ਬਸੰਤ ਨੇ ਜੇਲ ਕੱਟੀ, ਉਹ ਤੇਰਾ ਭਲਾ ਹੋ ਜੇ, ਮੇਰੇ ਵੀਰ ਨੇ ਮੇਰੀ ਜੇਲ ਦੇ ਵਿਚ ਰਿਹਾ। ਓਹੋ ਅੱਛਾ, ਚੰਗਾ ਭੈਣੇ ਗਾਹਾਂ ਚੱਲ। ਕਹਿੰਦੀ ਚਾਰ ਸਾਲ ਤੋਂ ਬਾਅਦ ਸੇਠ ਚਰਨਜੀ ਮੱਲ ਆਇਆ ਇਸ ਬਾਦਸ਼ਾਹ ਦੇ ਦਰਬਾਰ ਦੇ ਵਿਚ। ਲਾਗੀ ਸੇਠ ਦੇ ਵੀ ਜਾਨ ਨੂੰ ਬਣਨ ਵੀ ਕੰਮ ਤੱਕ ਸੁੱਤਾ ਹੀ ਹੁੰਦਾ ਜਾਂਦਾ, ਕਥਾ ਕਾ ਜੇ ਸਿਆਪੇ ਛਿੜ ਗਿਆ ਤਾਂ। ਕਹਿੰਦਾ ਭੈਣੇ ਗਾਹਾਂ ਚੱਲ। ਕਹਿੰਦੀ ਬਸੰਤ ਨੂੰ ਕਢਾ ਕੇ ਲੈ ਗਿਆ ਜੇਲ ਚੋਂ, ਮਾਇਆ ਦੇ ਗਿਆ ਬਰਾਬਰ। ਰਾਤ ਨੂੰ ਇਹ ਜੇਲ ਦਰੋਗੇ ਨੇ ਕੈਦੀ ਹੋਰ ਛੱਡਤਾ, ਤੇਰੇ ਬਸੰਤ ਦਾ ਕੋਈ ਨਾਂ ਨਹੀਂ ਸੀ ਇੱਥੇ, ਹੋਰ ਛੱਡਿਆ ਹੋਇਆ ਤਾਂ ਮਾਇਆ ਵੀ ਉਹ ਕਹਿੰਦੀ ਗਰੀਬਾਂ ਨੂੰ ਨਹੀਂ ਵੰਡੀ ਗਈ ਬਾਦਸ਼ਾਹ, ਉਹ ਵੀ ਜੇਲ ਦਰੋਗੇ ਦੇ ਕੋਲੇ ਰਹਿ ਗਈ। ਕਹਿੰਦਾ ਭੈਣ ਅੱਗੇ, ਕਹਿੰਦੀ ਬਸੰਤ ਨੇ ਜਹਾਜ਼ ਤੋਰਿਆ, ਜਹਾਜ਼ ਤੋੜ ਕੇ ਉਥੋਂ ਬਚ ਰਿਹਾ ਬਸੰਤ। ਸੇਠ ਚਰਨਜੀ ਮੱਲ ਨੇ ਧਰਮ ਦਾ ਪੁੱਤਰ ਕਰਕੇ ਜਹਾਜ਼ ਚ ਚੜਾ ਲਿਆ। ਕਹਿੰਦਾ ਚਲੋ
बचा ता सही। अगे मालने फेर की होया भेने, कहनी बर्मा देश चल जाएगा बादशाह जहाज। बर्मा देश जिस टाइम जहाज गया बंदरगाह ते लाया, गहां बसंत दा ब्याह हो गया कामरूप बादशाह दी लड़की नाल। कहना अच्छा भैन ब्याह होके उत्थों अठवें दिन विदा हो गए। जब विदा होए भैने फिर की बनया, बादशाह चार रोज हो गए सी जहाज चलदे नूं। अच्छा भैने चार रोज तो बाद सेठ चरणजी मल दे मंदे विच बकार आ गया। बसंत दी राणी नूं देख के सेठ चरणजी मल बेईमान हो गया। भैने फिर की बनया, सेठ चरणजी मल ने धोखे नाल बसंत नूं जहाज ते चढ़ा के पानी च सिड़ता। जब पानी च सिड़ता बादशाह ते रिहा नहीं गया, ओ सेठ तेरा पट्ठा बैठ जे, मेरे वीर नूं जिउंदे नूं तां फिर मारता। बड़ी जुल्म दी गल है। कहने बादशाह मेरे वचना तो झूठा हो जाएगा, जे क्रोधमान होया जे किसे नूं कुछ कहा। कहना चंगा भैने गाहां दस की हालत होई। कहंदी गाह कहना भैने ऐ दस मेरा वीर मर गया का है गा, जिउंदा है जा खत्म हो गया। मालन कहे राम का राजा हर के खेल न्यारे, राम जिन्हां दी करे सहायता कौन उन्हां नूं मारे। बादशाह जी दी राम सहायता करे, मारन वाला कौन है। तूफान आया कहनी जहाज खड़ गया, तेरे वीर नूं परमात्मा ने मछ दा भेस बना के पिठ ते ला के मिछर शहर दे नेड़े आके सिड़ता। कहना अच्छा भैने मालन दे माली चक लिया, मालिया दे घर वास हो गया तेरे वीर दा। शुक्र है भैने वीर बचता रहा। बादशाह फिर ये जेड़ी रूप बसंत दी कथा दस करे सी, ये मालन ने जाके राणी नूं दस्या। अच्छा बीबी राणी नूं दस के राणी ने कहा सेठ चरणजी मल लो भी मेरी पेकियां दी रीत है, मैं कथा सुन रूप बसंत दी। कहंदा ठीक है भैने, फिर तेरे कोल आया हूं सेठ चरणजी मल। हां भैन जरूर आया मेरे कोल ही बैठा। कहंदी बादशाह फिर ये जेड़ी राणी है ये बसंत दी राणी है, हुक्म होगा राणी नूं वी राणियां च बह जा, इत्थे ना बैठ। कहनी बादशाह एक कथा मैं पूरी दसती। कहना भैने दसदा दिती, ऐ दस मेरा वीर मैनू मिलजू जा नहीं मिलजू, किते है भी हाल तक कुछ नहीं बनया। कहनी बादशाह तेरा वीर भी तेनू मिलजूगा, पर एक शर्त ते मिलू। भैने केड़ी शर्त है। पहला तो बादशाह तेनू राज करन दा पता नहीं, अपने मन दे विच राजा सोचदा है ਵੀ ਭੈਣੇ ਮੈਨੂੰ ਬਿਲਕੁਲ ਪਤਾ ਨਹੀਂ, ਪਰ ਮੈਨੂੰ ਐਂ ਦੱਸ ਦੇ ਮੈਨੂੰ ਪਤਾ ਕਿਉਂ ਨਹੀਂ। ਬਾਦਸ਼ਾਹ ਤੈਨੂੰ ਐਂ ਪਤਾ ਨਹੀਂ, ਚਾਰ ਸਾਲ ਬਸੰਤ ਨੇ ਜੇਲ ਕੱਟੀ। ਹਾਂ ਭੈਣੇ ਫਿਰ ਤੈਂ ਕਦੇ ਜਾ ਕੇ ਕੈਦੀ ਖਾਨੇ ਚ ਦੇਖਿਆ ਵੀ ਹੈ, ਤੈਂ ਇਹ ਵੀ ਦੇਖਿਆ ਵੀ ਕੈਦੀ ਦੁਖੀ ਨੇ ਸੁਖੀ ਨੇ, ਬੇਇਨਸਾਫੇ ਨੇ ਕਿ ਇਨਸਾਫ ਵਾਲੇ ਨੇ। ਕਦੇ ਜੇਲ ਯਾਤਰਾ ਕੀਤੀ ਤੈਂ, ਬਚਪਨ ਚ ਤੈਨੂੰ ਰਾਜ ਮਿਲ ਗਿਆ ਬਾਦਸ਼ਾਹ ਰਾਜ ਦੀ ਮਗਰੂਰੀ ਦੇ ਵਿਚ ਰਹੇ ਤੂੰ, ਤੈਂ ਗਰੀਬਾਂ ਦੀ ਕੋਈ ਪਕਾਰ ਨੀ ਸੁਣੀ। ਰਾਜਾ ਆਪਣੇ ਮਨ ਚ ਸੋਚਦਾ ਬਿਲਕੁਲ ਮੈਂ ਪਾਪੀ ਹਾਂ, ਮੇਰੇ ਵਰਗਾ ਗੁਨਾਹੀ ਹੋਰ ਨੀ ਕੋਈ। ਕਹਿੰਦਾ ਭੈਣੇ ਇਹ ਤਾਂ ਗਲਤੀ ਹੋ ਗਈ, ਹੁਣ ਤੂੰ ਮੇਰੇ ਵੀਰ ਦੀ ਕਹਾਣੀ ਦੱਸ, ਮੈਨੂੰ ਮਿਲ ਸਕਦਾ ਜਾਂ ਨਹੀਂ। ਫਿਰ ਵੀ ਓਹਲਾ ਰੱਖ ਗਿਆ, ਕਹਿੰਦੀ ਬਾਦਸ਼ਾਹ ਮਿਲ ਸਕਦਾ, ਕੋਈ ਬੜੀ ਗੱਲ ਨੀ, ਐ ਨੀ ਮਿਲਣਾ। ਚੰਗਾ ਭੈਣੇ ਬਸੰਤ ਚਲਿਆ ਗਿਆ ਕਥਾ ਸੁਣਾ ਕੇ, ਹੁਣ ਬਾਦਸ਼ਾਹ ਨੂੰ ਕਿੱਥੇ ਟੈਮ। ਜਦ ਵਰਦੀ ਲਿੱਤੀ ਘੋੜਾ ਜੋੜਾ ਲੈ ਕੇ ਮਾਲੀਆਂ ਦੇ ਘਰ ਫੱਟ ਪਹੁੰਚ ਗਿਆ। ਬਸੰਤ ਨੇ ਵਰਦੀ ਲਾਈ, ਵਰਦੀ ਲਾ ਕੇ ਦਸਤਾਰ ਲਾ ਕੇ ਬਾਹਰ ਨਿਕਲਿਆ। ਵੀਰ ਨੇ ਜੱਫੀ ਪਾ ਲਈ ਭੱਜ ਕੇ, ਉਹ ਵੀਰ ਮਸਾਂ ਮਿਲਿਆ ਪਰਮਾਤਮਾ ਨੇ ਮਸਾਂ। ਸ਼ੁਕਰ ਹੈ ਜੋ ਕੁਛ ਮਹਾਤਮਾ ਨੇ ਕਿਹਾ ਸੀ ਗੱਲਾਂ ਸੱਚੀਆਂ ਤਾਂ ਹੋ ਗਈਆਂ। ਸਜਣੋ ਇੱਥੇ ਤੱਕ ਬਸੰਤ ਨੇ ਕਥਾ ਸੁਣਾਈ, ਕਥਾ ਸੁਣਾ ਕੇ ਕਚਹਿਰੀ ਚ ਆ ਗਿਆ। ਕਚਹਿਰੀ ਦੇ ਵਿੱਚੋਂ ਖੜੇ ਨੇ ਸਾਰੇ, ਹੁਕਮ ਦਿੱਤਾ ਵਾਸੀ ਵੀ ਕੋਈ ਜਾਵੇ ਨਾ। ਰੂਪ ਬਾਦਸ਼ਾਹ ਕਹਿੰਦਾ ਐਂ ਦੱਸ ਵੀਰ, ਆ ਠੱਗਣੀ ਆ ਸੇਠ ਜੇਲ ਦਰੋਗਾ ਇਹਨਾਂ ਵਾਸਤੇ ਸਜ਼ਾ ਦੱਸ। ਉਹ ਕਹਿੰਦਾ ਵੀਰ ਦੇਖ ਦਿਆ ਮੰਤ ਇਹ ਜਾਂਦੇ ਨੇ,
ਉਹ ਕਹਿੰਦਾ ਵੀਰ ਮੈਂ ਆਪਣੇ ਕਿਸਮਤ ਕਰਮਾਂ ਦਾ ਭੋਗ ਪਾਇਆ, ਮੇਰੀ ਮਾੜੀ ਕਰਨੀ ਕਰੀ ਵੀ ਸੀ, ਮੇਰੇ ਕਰਮ ਦੇ ਵਿਚ ਮੇਰੇ ਕਿਸਮਤ ਦੇ ਵਿਚ ਫਰਕ ਸੀ, ਇਹਨਾਂ ਦਾ ਕੋਈ ਕਸੂਰ ਨੀ, ਇਹ ਲਾਲਚੀ ਬੰਦੇ ਸੀ, ਇਹਨਾਂ ਨੂੰ ਛੱਡ ਦੇ। ਕਹਿੰਦਾ ਮੈਂ ਬਾਦਸ਼ਾਹ ਹੋਵਾਂ, ਮੇਰੇ ਰਾਜ ਦੇ ਵਿਚ ਇਹਨਾਂ ਤੈਨੂੰ ਇਹ ਕਸ਼ਟ ਦੇਣ, ਫਿਰ ਮੈਂ ਛੱਡਦਾ, ਮੈਂ ਨੀ ਛੱਡਦਾ। ਕਹਿੰਦਾ ਮੇਰੀ ਕਲਮ ਕਹਿੰਦੀ ਆ ਛੱਡ ਦੇ, ਤੂੰ ਆਪਣੀ ਕਲਮ ਨਾਲ ਜੋ ਮਰਜ਼ੀ ਕਰ, ਮੈਂ ਨੀ ਕਹਿੰਦਾ, ਮੈਂ ਨੀ ਕਹਿੰਦਾ ਕਿ ਇਹਨਾਂ ਨੂੰ ਸਜ਼ਾ ਦੇ। ਰੂਪ ਬਾਦਸ਼ਾਹ ਤੇ ਰੁਕਿਆ ਨੀ ਗਿਆ, ਉਸੇ ਟਾਈਮ ਜਲਾਦਾਂ ਨੂੰ ਕਹਿੰਦਾ ਟੋਏ ਪੱਟੋ, ਇਹਨਾਂ ਸਖਸਾਂ ਨੂੰ ਤਿੰਨਾਂ ਨੂੰ ਗੱਡ ਲੋ ਧਰਤੀ ਚ। ਧਰਤੀ ਚ ਗੱਡ ਕੇ ਕੁੱਤਿਆਂ ਤੋਂ ਪੜਵਾਏ ਗਏ ਤਿੰਨੇ। ਮਾੜੀ ਦਾ ਪਾਪ ਕਰਨ ਦਾ ਨਤੀਜਾ ਮਿਲਿਆ ਸੇਠ ਨੂੰ ਤੇ ਠਗਣੀ ਨੂੰ, ਦੋਨਾਂ ਨੂੰ ਤੇ ਜੇਲ ਦਰੋਗੇ ਨੂੰ। ਜੈਸੀ ਕਰੀ ਸੀ ਉਹ ਸਭ ਭੁਗਤਾਨ ਹੋਇਆ। ਦੋਨੇ ਵੀਰ ਨਿਛਰ ਦਾ ਰਾਜ ਕਰਨ ਲੱਗੇ। ਸ਼ਹਿਰ ਸਾਰਾ ਖੁਸ਼ ਹੋ ਗਿਆ। ਖੁਸ਼ ਹੋਣ ਦੇ ਨਾਲ ਜਹਾਜ ਦੇ ਮਾਲਕ ਬਣ ਗਏ। ਜਹਾਜ ਚੱਲ ਰਿਹਾ, ਨਾਂ ਲਿਖਿਆ ਵਾ ਉੱਪਰ ਰੂਪ ਬਾਦਸ਼ਾਹ ਰੂਪ ਬਸੰਤ। ਤਾਂ ਜਹਾਜ ਚੱਲਦਾ ਚੱਲਦਾ ਸੰਗਲਾ ਦੀਪ ਦੇ ਨੇੜੇ ਕਿਉਂ ਨਾ ਲੱਗਿਆ? ਉਧਰ ਰਾਣੀ ਤੇ ਰਾਜਾ, ਰਾਜਾ ਖੜਕ ਸੈਨ ਅੱਖਾਂ ਤੋਂ ਅੰਨਾ ਹੋ ਗਿਆ, ਪਿੱਛੇ ਲਾਜ ਨਹੀਂ ਹੋਈ। ਰਾਜ ਵਜ਼ੀਰ ਦੇ ਐਂਡਰ ਆ ਗਿਆ ਕਿ ਅੰਨਾ ਤਾਂ ਰਾਜ ਕਰ ਨਹੀਂ ਸਕਦਾ, ਰਾਜ ਚੋਂ ਵੀ ਪਰਾਂ ਕੁਟੀਆ ਪਾ ਕੇ ਇੱਕ ਪਾਸੇ ਲੈ ਦੀ, ਰਾਜੇ ਖੜਕ ਸੈਨ ਦੀ ਤੇ ਰਾਣੀ ਦੀ ਕੁਟੀਆ ਪਾਈ ਹੋਈ। ਤਾਂ ਹੁਣ ਜਾਓ ਬਾਦਸ਼ਾਹ ਵਜ਼ੀਰ ਨੇ ਪੜਿਆ ਜਹਾਜ ਤੇ ਲੱਗਿਆ ਵਾ ਪੱਟਾ, ਮਿਛਰ ਦੇਸ਼ ਦੇ ਰਹਿਣ ਵਾਲੇ ਰੂਪ ਬਸੰਤ ਦਾ ਜਹਾਜ ਹੈ। ਵਜ਼ੀਰ ਨੂੰ ਖੁਸ਼ੀ ਹੋ ਗਈ ਵੀ ਬੱਚੇ ਜਿਉਂਦੇ ਨੇ, ਜੇ ਜਦ ਬਚਾ ਲਏ ਤੇ ਜਿਉਂਦੇ ਨੇ। ਰਾਜੇ ਖੜਕ ਸੈਨ ਨੂੰ ਪਤਾ ਲੱਗਿਆ ਵੀ ਮੇਰੇ ਪੁੱਤਰ ਹੈਗੇ। ਵਜ਼ੀਰ ਦੀਆਂ ਮਿੰਨਤਾਂ ਕਰੀਆਂ, ਜੇ ਇੱਕ ਵਾਰੀ ਮੇਰੇ ਪੁੱਤਰਾਂ ਦੇ ਦਰਸ਼ਨ ਕਰਾ ਦੇ। ਵਜ਼ੀਰ ਸਾਹਿਬ ਚੰਗੀ ਗੱਲ ਹੈ, ਵਜ਼ੀਰ ਮਿਛਰ ਦੇਸ਼ ਦੇ ਵਿੱਚ ਆ ਗਿਆ। ਮਿਛਰ ਦੇਸ਼ ਦੇ ਵਿੱਚ ਆ ਕੇ ਕਿਹਾ ਭਾਈ ਤੇਰਾ ਪਿਤਾ ਅੱਖਾਂ ਤੋਂ ਅੰਨਾ ਹੋ ਗਿਆ, ਸੰਗਲਾ ਦੀਪ ਦਾ ਰਾਜ ਸੰਭਾਲੋ, ਮੈਂ ਹੁਣ ਥਾਈ ਜਿਹੜਾ ਰਾਜ ਕਰਿਆ ਜਿੰਨਾ ਕੁ ਚਿਰ ਕਰਿਆ ਚੰਗਾ ਕਰ ਲਿਆ। ਉਹ ਕਹਿੰਦੇ ਮਹਾਰਾਜ ਜੀ, ਵਜ਼ੀਰ ਸਾਹਿਬ ਅਸੀਂ ਨਾ ਸੰਗਲਾ ਦੀਪ ਜਾਣਾ ਹੈ, ਨਾ ਸਾਨੂੰ ਸੰਗਲਾ ਦੀਪ ਦੀ ਲੋੜ ਹੈ, ਸੰਗਲਾ ਦੀਪ ਤੋਂ ਅਸੀਂ ਠੋਕਰਾਂ ਖਾਂਦੇ ਆਏ ਹਾਂ, ਅਸੀਂ ਆਪਣੇ ਪਿਤਾ ਦਾ ਦਰਸ਼ਨ ਨਹੀਂ ਕਰਨਾ ਚਾਹੁੰਦੇ, ਨਾ ਉੱਥੇ ਜਾਈਏ, ਨਾ ਦਰਸ਼ਨ ਕਰੀਏ, ਨਾ ਮਾਤਾ ਬਾਂਝ ਦੇ ਦਰਸ਼ਨ ਕਰੀਏ। ਹੁਣ ਬਚਨਾਂ ਦੇ ਵਿੱਚ ਫਸ ਗਏ। ਕਹਿੰਦਾ ਓ ਬੇਟਾ, ਤੁਸੀਂ ਐਡੇ ਬੜੇ ਹੰਕਾਰ ਚ ਆ ਗਏ। ਨਹੀਂ ਵਜ਼ੀਰ ਸਾਹਿਬ, ਹੰਕਾਰ ਤਾਂ ਕੋਈ ਨੀ, ਉਹ ਕਮਲਿਓ ਜੇ ਕਸੂਰ ਹੋਊ ਤੁਹਾਡੀ ਮਾਤਾ ਦੇ ਤੁਹਾਡੇ ਪਿਤਾ ਦਾ ਹੋਊ, ਫਿਰ ਮੈਂ ਤਾਂ ਨਿਰਦੋਸ਼ ਹਾਂ, ਮੇਰਾ ਤਾਂ ਕੋਈ ਕਸੂਰ ਨਹੀਂ ਹੈ। ਜੇ ਮੈਂ ਤੁਹਾਡੀ ਕਚਹਿਰੀ ਚੋਂ ਜਾਨ ਬਚਾਈ, ਜਾਨ ਬਚਾ ਕੇ ਤੁਹਾਨੂੰ ਕਚਹਿਰੀ ਚੋਂ ਕੱਢਿਆ ਕਿਸੇ ਬਹਾਨੇ ਨਾਲ, ਤਾਂ ਤੁਸੀਂ ਰਾਜ ਕਰਿਆ, ਤਾਂ ਕਾਕਾ ਤੁਸੀਂ ਇੱਥੇ ਸੀ, ਮੇਰੇ ਵੀ ਬਚਨ ਨਹੀਂ ਮੰਨਦੇ ਹੋ। ਹੁਣ ਵਜ਼ੀਰ ਦਾ ਬਚਨ ਮੰਨਣਾ ਪਿਆ। ਦੋਏ ਵੀਰ ਸੰਗਲਾ ਦੀਪ ਆਏ, ਸੰਗਲਾ ਦੀਪ ਆ ਕੇ ਮਿਲਣਾ ਤਾਂ ਨਹੀਂ ਸੀ, ਪਰ ਚਲੋ ਫਿਰ ਵਜ਼ੀਰ ਦੇ ਕਹੇ ਤੇ ਪਿਤਾ ਨੂੰ ਮਿਲੇ। ਮਾਤਾ ਪੈਰੀ ਪਈ ਵੀ ਪੁੱਤਰ ਮੇਰਾ ਕਸੂਰ ਹੈ, ਤੁਹਾਡਾ ਕੋਈ ਕਸੂਰ ਨਹੀਂ ਹੈ, ਮੈਂ ਬੇਈਮਾਨ ਪਾਪਣ ਦੇਣ, ਹੁਣ ਹਾਰ ਮੇਰੇ ਹਿਰਦੇ ਵਸ ਗਈ, ਆਪਣਾ ਰਾਜ ਸੰਭਾਲੋ। ਸੰਗਤ ਜੀ ਜੈਸੀ ਸੁਣੀ ਉਸੀ ਕਹੀਏ, ਪੁੰਨ ਪਾਪ ਤੋਂ ਨਿਆਰੇ ਰਹੀਏ। ਮਿਸ਼ਰ ਦੇਸ਼ ਦਾ ਰਾਜ ਰੂਪ ਨੇ ਕੀਤਾ, ਸੰਗਲਾ ਦੀਪ ਦਾ ਰਾਜ ਬਸੰਤ ਨੇ ਕੀਤਾ। ਲਓ ਜਥੇ ਨੂੰ ਛੁੱਟੀਆਂ ਬਖਸੋ, ਇਹ ਸਵਰਨ ਸਿੰਘ ਗਿਆਨੀ ਲਚਕਾਣੀ ਵਾਲੇ ਦਾ ਜਥਾ, ਬਾਰਨ ਵਾਲੇ ਕਵੀਸਰ, ਜੇ ਕਿਸੇ ਨੂੰ ਲੋੜ ਹੋਵੇ ਤਾਂ ਬੁਲਾ ਸਕਦਾ।